कदे ना कदे तां जिहड़े इह बग्याड़ रूपी लोक ने इह सामने आउणगे जी। हालात इन्ने मंदे बना दिते जी कि कोई महकमा छड्या नहीं जिहदे विच लुट खसुट नहीं हुई। बिल्कुल पन्नू साहब, रेता खास तौर दे उत्ते खाली लगभग ਇਹ ਕਿਹਾ ਜਾ ਸਕਦਾ ਹੈ ਕਿ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਇਹ ਪਤਾ ਲੱਗਣ ਲੱਗ ਗਿਆ ਸੀਗਾ ਕਿ ਇੱਦਾਂ ਵੇਚੀ ਜਾ ਸਕਦੀ ਹੈ ਰੇਤਾ। ਫਿਰ ਉਸ ਤੋਂ ਬਾਅਦ ਸਾਰਾ ਕੁਛ ਜਿਵੇਂ ਚੱਲ ਸੋ ਚੱਲ ਰਿਹਾ, ਮੁੱਖ ਮੰਤਰੀ ਬਣਦਿਆਂ ਸਾਰ ਬਹੁਤ ਮਹਿੰਗੀਆਂ ਲਗਜ਼ਰੀ ਗੱਡੀਆਂ ਇੱਕਦਮ ਘਰ ਦੇ ਸਾਰੇ ਜੀਆਂ ਦੇ ਵਾਸਤੇ ਆ ਗਈਆਂ, ਉਹ ਕਿੱਥੋਂ ਆਈਆਂ, ਉਹ ਕਿਹਨੇ ਲੈ ਕੇ ਦਿੱਤੀਆਂ, ਕਮਾਈ ਕਿਹੜੀ ਸੀ ਜਿਹੜੀ ਰਾਤੋ ਰਾਤ ਇੰਨੀ ਹੋ ਗਈ ਕਿ ਇੰਨਾ ਕੁਛ ਸਾਰਾ ਜਿਹੜਾ ਉਹ ਬਣ ਗਿਆ। ਦੇਖਿਆ ਜਾਵੇ ਤਾਂ ਕਾਂਗਰਸ ਜਿਹੜੀ ਚੀਜ਼ ਦੇ ਵਿੱਚ ਫੇਲ ਹੋਈ ਨਾ, ਉਹ ਇਸ ਚੀਜ਼ ਦੇ ਵਿੱਚ ਫੇਲ ਹੋਈ ਕਿ ਉਹਨੇ ਨਵੀਂ ਲੀਡਰਸ਼ਿਪ ਪੈਦਾ ਨਹੀਂ ਕੀਤੀ। ਰਵਾਇਤੀ ਪਾਰਟੀਆਂ ਦੀ ਸਭ ਤੋਂ ਕਮਜ਼ੋਰ ਕੜੀ ਇਹ ਚੀਜ਼ ਬਣ ਗਈ ਵੀ ਜਾਂ ਤਾਂ ਉਹੀ ਬੁੱਢੀ ਲੀਡਰਸ਼ਿਪ। ਤੁਸੀਂ ਦੇਖੋ ਕਿ ਜੇ ਹਾਲਾਂਕਿ ਹੈ ਉਹ ਵੀ ਸਿਆਸੀ ਪਰਿਵਾਰ ਦੇ ਵਿੱਚੋਂ ਸਿੰਧੀ ਹੈ, ਉਹ ਮੱਧ ਪ੍ਰਦੇਸ਼ ਦੇ ਵਿੱਚ ਚੋਣਾਂ 'ਚ ਚੰਗੀ ਭੂਮਿਕਾ ਨਿਭਾਉਂਦਾ ਪਿਛਲੀਆਂ ਚੋਣਾਂ 'ਚ, ਅਤੇ ਜਦੋਂ ਆਉਂਦੀ ਆ ਗੱਲ ਮੁੱਖ ਮੰਤਰੀ ਦੀ ਉਦੋਂ ਫਿਰ ਲਿਆ ਕੇ ਉਹੀ ਬੁੱਢੀ ਲੀਡਰਸ਼ਿਪ ਜਿਹੜੀ ਆ ਉਹ ਉਹਦੇ ਉੱਤੇ ਬਿਠਾ ਦਿੱਤੀ ਜਾਂਦੀ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਆਏ ਔਰ ਉਹਨਾਂ ਨੇ ਉਹਨਾਂ ਦੀ ਜਿਹੜੀ ਮੁਸ਼ਕਲ ਆ ਨਾ ਸਭ ਤੋਂ ਵੱਡੀ ਇਹ ਆ ਕਿ ਉਹ ਟੀਮ ਵਰਕ ਦੇ ਵਿੱਚ ਨਹੀਂ ਚੱਲ ਸਕਦੇ। ਕੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇਹ ਐਗਜ਼ਿਟ ਪੁਆਇੰਟ ਆ ਗਿਆ ਕਿ ਉਹ ਸਿਆਸਤ ਦੇ ਵਿੱਚੋਂ ਬਾਹਰ ਨਿਕਲ ਜਾਣ ਅਤੇ ਦੂਜੇ ਪਾਸੇ ਨੂੰ ਚੱਲ ਜਾਣ? ਵੈਸੇ ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਗੱਲ ਆਖੀ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ, ਜੇ ਅਸੀਂ ਹਾਰ ਗਏ ਤਾਂ ਅਸੀਂ ਆਪਣੇ ਪੁਰਾਣੇ ਕੰਮ ਦੇ ਵਿੱਚ ਵਾਪਸ ਚੱਲ ਜਾਵਾਂਗੇ। ਰਾਜਾ ਵੜਿੰਗ ਹੋਰਾਂ ਦੇ ਵਾਸਤੇ ਜਿਹੜਾ ਚੈਲੰਜ ਹੈ ਉਹ ਖੇਰੂ ਖੇਰੂ ਹੋਈ ਕਾਂਗਰਸ ਨੂੰ ਉੱਠਾ ਕਰਨਾ ਸਭ ਤੋਂ ਵੱਡਾ ਚੈਲੰਜ ਹੈ। ਉਹਨੂੰ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਇਹ ਬਹੁਤ ਵੱਡਾ ਸਵਾਲ ਰਹੂਗਾ। ਜਿਹੜਾ 1100 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਲੈਣ ਦੇ ਵਾਸਤੇ ਆਰਡੀਨੈਂਸ ਕੀਤਾ ਨਾ, ਉਹ ਪੈਸਾ ਉਹ ਆ ਜਿਹੜਾ ਆੜ੍ਹਤੀਆਂ ਤੋਂ ਜਾਂਦਾ ਫਿਰ ਉਹ ਵਾਪਸ ਆਉਂਦਾ ਅਤੇ ਉਹ ਪੰਜਾਬ ਦੇ ਪਿੰਡਾਂ ਦੀ ਮੰਡੀਆਂ ਦੀ ਡਿਵੈਲਪਮੈਂਟ ਦੇ ਉੱਤੇ ਲੱਗਦਾ ਜੀ। ਜੇ ਪ੍ਰਾਈਵੇਟ ਪਲੇਅਰ ਆ ਜਾਂਦੇ ਆ ਹੌਲੀ ਹੌਲੀ ਤਾਂ ਉਹ ਪੈਸਾ ਨਹੀਂ ਆਉਣਾ ਆੜ੍ਹਤੀਆਂ। ਇਹ ਤਾਂ ਪ੍ਰਧਾਨ ਮੰਤਰੀ ਹੋਰਾਂ ਨੇ ਖੇਤੀ ਕਾਨੂੰਨ ਆਪਣੇ ਤਰੀਕੇ ਨਾਲ ਲਿਆਂਦੇ, ਆਪਣੇ ਤਰੀਕੇ ਨਾਲ ਉਹਨਾਂ ਨੇ ਟੀਵੀ ਦੇ ਉੱਤੇ ਆ ਕੇ ਵਾਪਸ ਲੈ ਲਏ, ਸਮਝੌਤਾ ਤਾਂ ਹੋਇਆ ਹੀ। MSP ਦੇ ਬਾਰੇ ਦੇ ਵਿੱਚ ਜਿਹੜੀ ਕਮੇਟੀ ਆ ਉਹ ਕੇਂਦਰ ਦੀ ਸਰਕਾਰ ਕਹਿੰਦੀ ਕਿ ਕਿਸਾਨ ਆਪਣੇ ਮੈਂਬਰ ਦਿਓ, ਅਸੀਂ ਫਿਰ ਉਹ ਕਮੇਟੀ ਬਣਾਵਾਂਗੇ ਜੀ। ਕਿਸਾਨ ਕਹਿੰਦੇ ਕਿ ਕੇਂਦਰ ਦੀ ਸਰਕਾਰ ਪਹਿਲਾਂ ਇਹ ਦੱਸੇ ਕਿ ਕਿਹੜੇ ਕਿਹੜੇ ਮੈਂਬਰ ਹੋਣਗੇ, ਫਿਰ ਅਸੀਂ ਆਪਣੇ ਮੈਂਬਰ ਉਹਦੇ ਵਿੱਚ ਦੇਵਾਂਗੇ। ਇਹ ਕੀ ਪਤਾ ਕਿ ਕੇਂਦਰ ਦੀ ਸਰਕਾਰ ਨੇ ਇਸ ਕਮੇਟੀ ਦੇ ਵਿੱਚ ਕਿਹੜੇ ਲੋਕ ਬਿਠਾ ਦੇਣੇ ਆ। ਕਿਸਾਨ ਸੰਘਰਸ਼ ਸੀਗਾ ਐਕਚੁਅਲੀ ਇਹ ਸਮਝ ਬੈਠੇ ਵੀ ਸਾਡੇ ਸਿਰ ਦੇ ਉੱਤੇ ਲੜਿਆ ਜਾ ਰਿਹਾ, ਨਹੀਂ ਉਹ ਤਾਂ ਆਪਣੇ ਚੁੱਲ੍ਹੇ ਬਚਾਉਣ ਦੇ ਵਾਸਤੇ, ਆਪਣਾ ਭਵਿੱਖ ਬਚਾਉਣ ਦੇ ਵਾਸਤੇ, ਆਪਣੇ ਬੱਚਿਆਂ ਦੇ ਭਵਿੱਖ ਬਚਾਉਣ ਦੇ ਵਾਸਤੇ ਪਰਿਵਾਰ ਬੈਠੇ ਸੀ। ਉਹ ਸਿਰੜੀ ਪਰਿਵਾਰ ਸੀਗੇ ਜਿਹੜੇ 1 ਸਾਲ ਉੱਥੇ ਬੈਠੇ ਰਹੇ, ਜੇ ਆਗੂਆਂ ਦੇ ਸਿਰ ਦੇ ਉੱਤੇ ਹੁੰਦਾ ਤਾਂ ਸ਼ਾਇਦ ਇੱਥੋਂ ਤੱਕ ਜਾ ਹੀ ਨਾ ਸਕੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਅਤੇ ਪ੍ਰੋਗਰਾਮ ਹੈ ਸੱਚੀਆਂ ਅਤੇ ਖਰੀਆਂ ਪੰਨੂ ਦੀਆਂ। ਤੁਸੀਂ ਜਾਣਦੇ ਹਾਂ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸਿਆਸੀ ਗੱਲਾਂ ਬਾਤਾਂ ਕਰਦੇ ਨੇ, ਜੋ ਸਾਡੇ ਆਲੇ ਦੁਆਲੇ ਘਟਿਤ ਹੋ ਰਿਹਾ ਉਹਦੇ 'ਤੇ ਗੱਲਬਾਤ ਕਰਦੇ ਨੇ ਪੰਜਾਬ ਦੇ ਉੱਘੇ ਪੱਤਰਕਾਰ ਬਲਤੇਜ ਪੰਨੂ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਬਹੁਤ ਬਹੁਤ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇਨਫੋਰਸਮੈਂਟ ਡਾਇਰੈਕਟੋਰੇਟ ਜਦੋਂ ਨਾਮ ਆਉਂਦਾ ਹੈ ਤਾਂ ਸਾਹਮਣੇ ਵੱਡੀਆਂ ਵੱਡੀਆਂ ਸ਼ਖਸੀਅਤਾਂ, ਆਮ ਤੌਰ 'ਤੇ ਸਿਆਸੀ ਸ਼ਖਸੀਅਤਾਂ ਹੀ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ 'ਤੇ ਕੇਸ ਜਿਹੜੇ ਨੇ ਉਹ ਲੱਗਦੇ ਨੇ, ਫਿਰ ਵਕੀਲਾਂ ਦੀ ਭੀੜ, ਕਾਲੇ ਕੋਟ ਅਤੇ ਚਿੱਟੀਆਂ ਸ਼ਰਟਾਂ ਵਾਲੇ ਅਤੇ ਨਾਲ ਦੀ ਨਾਲ ਉਹਨਾਂ ਦੇ ਸਮਰਥਕ ਵੀ ਉਸ ਦਫ਼ਤਰ ਦੇ ਬਾਹਰ ਨਜ਼ਰ ਆਉਂਦੇ ਨੇ, ਕਦੇ ਕੋਈ ਅਤੇ ਕਦੇ ਕੋਈ। ਖਾਸ ਤੌਰ 'ਤੇ ਜਦੋਂ ਇਲੈਕਸ਼ਨ ਹੋ ਜਾਂਦੀ ਆ, ਸਰਕਾਰਾਂ ਬਣ ਜਾਂਦੀਆਂ ਨੇ ਨਵੀਆਂ, ਅਤੇ ਫਿਰ ਇਹ ਜਿਹੜੀ ਕਹਾਣੀ ਆ ਉਹ ਦੂਸਰੇ ਪਾਸੇ ਜਿਹੜੇ ਕਦੇ ਕੁਰਸੀਆਂ 'ਤੇ ਰਹਿੰਦੇ ਨੇ ਉਹਨਾਂ 'ਤੇ ਵੀ ਇਹ ਕਹਾਣੀ ਜਿਹੜੀ ਕੱਸੀ ਜਾਂਦੀ ਆ। ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਪੰਜਾਬ ਦੇ ਵਿੱਚ ਬੜੇ ਚਿਰਾਂ ਤੋਂ ਛਾਇਆ ਹੋਇਆ ਇੱਕ ਮੁੱਦਾ ਹੈ, ਰੇਤ ਮਾਫੀਆ। ਰੇਤ ਜਿਹੜੀ ਕਿ ਕਦੇ ਚੋਆਂ 'ਚੋਂ ਆਮ ਮਿਲ ਜਾਂਦੀ ਸੀ, ਜਿਹਨੂੰ ਲੋੜ ਹੋਣੀ ਗੱਡਾ ਟਰਾਲੀ ਪੇਡਾ ਲੈ ਜਾਓ ਅਤੇ ਜਿੰਨੀ ਕੁ ਲੋੜ ਹੈ ਉੰਨੀ ਕੁ ਲੈ ਆਓ। ਦੇਖਦਿਆਂ ਦੇਖਦਿਆਂ ਪਰਚੀਆਂ ਲੱਗਣ ਲੱਗ ਪਈਆਂ ਅਤੇ ਕਦੋਂ ਰੇਤ ਜਿਹੜੀ ਆ ਉਹ ਪੈਸੇ ਦਾ ਮੋਟਾ ਵਪਾਰ ਬਣ ਗਿਆ ਪਤਾ ਹੀ ਨਹੀਂ ਲੱਗਿਆ। ਅਤੇ ਹੁਣ ਅੰਦਾਜ਼ੇ ਦੱਸਦੇ ਨੇ ਕਿ ਪੰਜਾਬੀਆਂ ਨੇ ਪਿਛਲੇ 10-15 ਸਾਲਾਂ ਦੇ ਵਿੱਚ 2 ਲੱਖ ਕਰੋੜ ਪੰਜਾਬ ਦੇ ਵਿੱਚ ਰੇਤਾ 'ਤੇ ਓਵਰਪੇ ਕੀਤਾ।
ਅੱਜ ਦੀ ਜਿਹੜੀ ਤੁਹਾਡੀ ਜਿਹੜਾ ਸਾਡਾ ਸਵਾਲ ਹੈ ਉਹ ਇਹ ਆ ਕਿ ਇਹ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਰੇਤ ਮਾਫੀਏ ਦੀ ਜਿਹੜੀ ਕਹਾਣੀ ਆ ਉਹ ਕਿੱਧਰ ਜਾ ਰਹੀ ਹੈ ਜੀ? ਦੇਖੋ, ਉਮੀਦ ਤਾਂ ਹਮੇਸ਼ਾ ਰਹਿੰਦੀ ਆ ਇਸ ਗੱਲ ਦੀ ਕਿ ਕਦੇ ਨਾ ਕਦੇ ਤਾਂ ਜਿਹੜੇ ਇਹ ਬਘਿਆੜ ਰੂਪੀ ਲੋਕ ਨੇ ਇਹ ਸਾਹਮਣੇ ਆਉਣਗੇ ਜੀ। ਹਾਲਾਤ ਇੰਨੇ ਮੰਦੇ ਬਣਾ ਦਿੱਤੇ ਜੀ ਕਿ ਕੋਈ ਮਹਿਕਮਾ ਛੱਡਿਆ ਨਹੀਂ ਜਿਹਦੇ ਵਿੱਚ ਲੁੱਟ ਘਸੁੱਟ ਨਹੀਂ ਹੋਈ। ਬਿਲਕੁਲ ਪੰਨੂ ਸਾਹਿਬ, ਰੇਤਾ ਖਾਸ ਤੌਰ ਦੇ ਉੱਤੇ ਖਾ ਗਏ ਜੀ। ਬਿਲਕੁਲ, ਜਦੋਂ ਰੇਤਾ ਨਹੀਂ ਛੱਡੀ ਤੇ ਹੋਰ ਕੀ ਛੱਡਣਗੇ? ਹਾਂ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਦੇਖੋ, ਤੁਸੀਂ ਕੱਲ ਦੇਖਿਆ ਹੋਣਾ ਕਿ ਇੱਕਦਮ ਹਨੇਰੀ ਆ ਗਈ, ਮੀਂਹ ਆ ਗਿਆ ਇੱਕਦਮ, ਉਹਦੇ ਨਾਲ ਕਟਾਈ ਫਸਲ ਦੀ ਰੋਕੀ ਜੀ। ਕਲਾਈਮੇਟ ਚੇਂਜ ਜਿਹਨੂੰ ਕਹਿੰਦੇ ਆ, ਹੁਣ ਕਲਾਈਮੇਟ ਚੇਂਜ ਹੋ ਕਿਉਂ ਰਿਹਾ ਇਹਦੇ ਉੱਤੇ ਵੀ ਥੋੜਾ ਵਿਚਾਰ ਕਰਨਾ ਪਊਗਾ ਨਾ। ਜਦੋਂ ਤੁਸੀਂ 300-300 ਫੁੱਟ ਡੂੰਘਾ ਤੁਰੇ ਜਾ ਰਹੇ ਹੋ, ਧਰਤੀ ਦੀ ਹਿੱਕ ਪਾੜ ਰਹੇ ਹੋ ਇੱਕ ਕਿਸਮ ਦੇ ਨਾਲ, ਜਿਹੜੇ ਦਰਿਆ ਵਗੈਰਾ ਨੇ ਉਹਨਾਂ ਦੇ ਉੱਤੋਂ ਰੇਤਾ ਅਸੀਂ ਬਚਪਨ 'ਚ ਦੇਖਦੇ ਰਹੇ ਹਾਂ। ਜਿੰਨੀ ਕਿਸੇ ਨੂੰ ਚਾਹੀਦੀ ਹੁੰਦੀ ਸੀ ਉਹ ਆਪਣਾ ਗੱਡਾ ਜਾਂ ਟਰਾਲੀ ਲੈ ਕੇ ਉਨੀ ਕੁ ਰੇਤਾ ਚੁੱਕ ਲਿਆਉਂਦਾ ਹੁੰਦਾ ਸੀਗਾ। ਕਦੀ ਕਿਸੇ ਨੇ ਨਹੀਂ ਦੇਖਿਆ ਸੀਗਾ ਸਟੋਰ ਕਰਦੇ, ਨਾ ਰੇਤਾ ਦੀਆਂ ਦੁਕਾਨਾਂ ਦੇਖੀਆਂ ਸੀਗੀਆਂ ਕਿ ਉੱਥੋਂ ਰੇਤਾ ਮਿਲਦੀ ਹੈ ਜੀ। ਆਮ ਲੋਕ ਉੱਥੋਂ ਚੱਕ ਲਿਆਉਂਦੇ ਹੁੰਦੇ ਸੀ, ਕੋਈ ਕੋਈ ਪੁੱਛਦਾ ਨਹੀਂ ਜਿੰਨੀ ਕੁ ਚਾਹੀਦੀ ਸੀ। ਕਦੀ ਤੁਸੀਂ ਉੱਥੇ ਕੋਈ ਟੋਏ ਪਏ ਦੇਖਿਆ ਕਿ ਬਹੁਤ ਟੋਇਆਂ ਦੇ ਵਿੱਚੋਂ ਕੱਢ ਲਈ ਰੇਤਾ? ਇਹ ਕਦੋਂ ਕਾਰੋਬਾਰ ਸ਼ੁਰੂ ਹੋਇਆ ਰੇਤਾ ਦਾ? ਲਗਭਗ ਇਹ ਕਿਹਾ ਜਾ ਸਕਦਾ ਹੈ ਕਿ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਇਹ ਪਤਾ ਲੱਗਣ ਲੱਗ ਗਿਆ ਸੀਗਾ ਕਿ ਇੱਦਾਂ ਵੇਚੀ ਜਾ ਸਕਦੀ ਹੈ ਰੇਤਾ। ਫਿਰ ਉਦੋਂ ਬਾਅਦ ਸਾਰਾ ਕੁਛ ਜਿਵੇਂ ਚੱਲ ਸੋ ਚੱਲ ਰਿਹਾ। 97 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਆ ਗਈ, ਉਹਦੇ ਵਿੱਚ ਇਹ ਕਾਰੋਬਾਰ ਵਾਹਵਾ ਪ੍ਰਫੁੱਲਿਤ ਹੋਣ ਲੱਗ ਗਿਆ। 2002-07 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ ਇਹ ਜਵਾਨ ਹੋ ਗਿਆ, ਤਕੜਾ ਜਵਾਨ ਹੋ ਗਿਆ ਕਾਰੋਬਾਰ ਜੀ। ਤੇ ਫਿਰ 7 ਤੋਂ ਲੈ ਕੇ 17 ਤੱਕ ਤਾਂ ਗਾਹ ਪੈ ਗਿਆ ਜੀ। ਔਰ ਗਾਹ ਐਸਾ ਪਿਆ ਕਿ 17 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਉਂਦੀ ਆ, ਉਹਦੇ ਵਿੱਚ ਤਾਂ ਨਾ ਅਫਸਰ ਬਦਲੇ ਜੀ, ਨਾ ਮਸ਼ੀਨਾਂ ਬਦਲੀਆਂ, ਨਾ ਟਿੱਪਰ ਬਦਲੇ ਜੀ। ਉਹਨਾਂ ਦੇ ਉੱਤੇ ਆ ਕੇ ਦੂਜੇ ਬੰਦੇ ਬਹਿ ਗਏ, ਪੱਗਾਂ ਦੇ ਰੰਗ ਬਦਲੇ ਸਿਰਫ ਜੀ। ਹਾਂ, ਪਹਿਲਾਂ ਅਸੀਂ ਉਹਨਾਂ ਨੂੰ ਦਿੰਦੇ ਸੀ, ਹੁਣ ਅਸੀਂ ਤੁਹਾਨੂੰ ਜਿਹੜਾ ਜੀ ਉਹ ਦਿੰਦੇ ਹਾਂ ਜੀ। ਤੇ ਚੋਣਾਂ ਤੋਂ ਕੁਛ ਸਮਾਂ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਬਣੇ, ਐਕਚੁਅਲੀ ਇਹ ਮਾਮਲਾ ਹੈਗਾ 18 ਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਜਾ ਰਹੇ ਸੀ ਮਾਝੇ ਵਾਲੀ ਸਾਈਡ ਦੇ ਉੱਤੇ, ਤੇ ਉਹਨਾਂ ਨੇ ਉੱਤੋਂ ਦੇਖਿਆ ਸੀਗਾ ਹੈਲੀਕਾਪਟਰ ਤੋਂ ਕਿ ਉਹ ਦੇਖੋ ਮਾਈਨਿੰਗ ਹੋ ਰਹੀ ਆ। ਬੜੀਆਂ ਫੋਟੋਆਂ ਪਬਲਿਸ਼ ਕਰਾਈਆਂ ਕਿ ਕੈਪਟਨ ਸਾਹਿਬ ਨੇ ਨਜਾਇਜ਼ ਮਾਈਨਿੰਗ ਹੁੰਦੀ ਵੇਖ ਲਈ, ਪਰਚਾ ਦਰਜ ਹੋ ਗਿਆ ਜੀ। ਪਰਚਾ ਦਰਜ ਜਿਹੜਾ ਹੋਇਆ ਸੀ ਉਹਦੇ 'ਚ ਹਨੀ ਇੱਕ ਸੀਗਾ ਜਿਹੜਾ ਕਿ ਚਰਨਜੀਤ ਚੰਨੀ ਹੋਰਾਂ ਦਾ ਨੇੜਲਾ ਰਿਸ਼ਤੇਦਾਰ ਸੀ। ਪਰਚਾ ਦਰਜ ਹੋ ਗਿਆ, ਕੰਮ ਠੱਪ ਦਿੱਤਾ, ਕੋਈ ਉਹਦੇ ਉੱਤੇ ਪੈਰਵਾਈ ਨਾ ਕੀਤੀ। ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤੇ ਚੁਫੇਰੇ ਹਨੀ ਹਨੀ ਹੋ ਗਈ ਜੀ, ਕਿਉਂਕਿ ਹਨੀ ਇੱਦਾਂ ਛੂਕਦਾ ਲੰਘਦਾ ਢੇਰ ਸਾਰੇ ਪੁਲਿਸ ਵਾਲਿਆਂ ਦੇ ਨਾਲ, ਜਿਵੇਂ ਪੰਜਾਬ ਦਾ ਮੁੱਖ ਮੰਤਰੀ ਉਹ ਹੋਵੇ ਜਾਂ ਸਭ ਤੋਂ ਉੱਚਾ ਅਹੁਦਾ ਉਹਦੇ ਕੋਲੇ ਹੋਵੇ, ਨਾ ਉਹਦੇ ਕੋਲੇ ਕੋਈ ਅਹੁਦਾ, ਨਾ ਉਹਦੇ ਕੋਲੇ ਸਰਕਾਰੀ ਕੋਈ ਰੁਤਬਾ, ਨਾ ਉਹ ਪਾਰਟੀ ਦਾ ਕੋਈ ਉੱਚ ਆਗੂ, ਪਰ ਉਹ ਵਿਚਰਦਾ ਐਵੇਂ ਸੀ, ਉਹਦੇ ਵਾਸਤੇ ਗਾਰਦ ਲੱਗਦੀ ਸੀਗੀ ਜੀ, ਔਰ ਸਲੂਟ ਨੂੰ ਵੱਜਦੇ ਸੀਗੇ, ਸਲੂਟ ਐਕਚੁਅਲੀ ਪੈਸੇ ਨੂੰ ਵੱਜਦੇ ਸੀ, ਅੰਨਾ ਪੈਸਾ ਉਹਨੇ ਇਕੱਠਾ ਕੀਤਾ। ਔਰ ਹੁਣ ਜਦੋਂ ਈਡੀ ਨੇ ਉਹਨੂੰ ਪਿੱਛੇ ਜੇ ਗ੍ਰਿਫਤਾਰ ਕੀਤਾ ਇਲੈਕਸ਼ਨਾਂ ਤੋਂ ਪਹਿਲਾਂ, ਚਰਨਜੀਤ ਚੰਨੀ ਹੋਰਾਂ ਨੂੰ ਉਦੋਂ ਵੀ ਸੰਮਣਿੰਗ ਹੋਈ ਪਰ ਉਹ ਨਹੀਂ ਗਏ, ਸੰਮਣਿੰਗ ਹੁਣ ਵੀ ਹੋਈ ਤੇ ਐਦਕੀ ਚਲੇ ਗਏ। 6 ਘੰਟੇ ਦੀ ਲੰਮੀ ਪੁੱਛਗਿੱਛ ਉਹਨਾਂ ਤੋਂ ਹੋਈ ਆ। ਚਰਨਜੀਤ ਚੰਨੀ ਹੁਰੀ ਆਪ ਹੀ ਕਹੀ ਜਾਂਦੇ ਆ ਕਿ ਮੈਨੂੰ ਲੱਗਦਾ ਈਡੀ ਜਿਹੜੀ ਆ ਉਹ ਮੇਰੇ ਸਵਾਲਾਂ ਦੇ ਜਵਾਬਾਂ ਤੋਂ ਸੈਟਿਸਫਾਈਡ ਹੈ। ਉਹ ਇਹ ਵੀ ਕਹੀ ਜਾਂਦੇ ਆ ਕਿ ਮੈਨੂੰ ਈਡੀ ਨੇ ਅੱਗੋਂ ਸੱਦਾ ਨਹੀਂ ਦਿੱਤਾ ਜੀ। ਇਹ ਜ਼ਰੂਰੀ ਨਹੀਂ ਗਾ ਕਿ ਈਡੀ ਨੇ ਸੱਦਾ ਉਦੋਂ ਹੀ ਦੇਣਾ ਸੀ ਵੀ ਅਗਲੀ ਵਾਰੀ ਇੰਨੇ ਨੂੰ ਆ ਜਾਓ ਫਿਰ ਜੀ। ਉਹ ਸਾਰਾ ਕੁਛ ਮਿਲਾਊਗੀ, ਚੰਨੀ ਦੀ ਜਿਹੜੀ ਸਟੇਟਮੈਂਟ ਆ ਉਹਦੇ ਨਾਲ ਤੇ ਹਨੀ ਦੀ ਜਿਹੜੀ ਸਟੇਟਮੈਂਟ ਆ ਉਹਦੇ ਨਾਲ, ਇਹਨਾਂ ਦੋਨਾਂ ਨੂੰ ਮਿਲਾਉਣਗੇ। ਪਰ ਇਹ ਕਿਹਾ ਜਾ ਰਿਹਾ ਇੱਕ ਹੋਰ ਸਾਬਕਾ ਵਿਧਾਇਕ ਜਿਹੜਾ ਹੁਣ ਸਾਬਕਾ ਹੋ ਗਿਆ, ਲਾਸਟ ਦਿਨਾਂ ਦੇ ਵਿੱਚ ਮੰਤਰੀ ਵੀ ਬਣਿਆ ਸੀ ਜੀ, ਉਹਦਾ ਖਾਸਮ ਖਾਸ ਇਸ ਮਾਮਲੇ ਦੇ ਵਿੱਚ ਕੁੜਿੱਕੀ 'ਚ ਆਇਆ, ਜਿਹੜਾ ਪੈਸਾ ਉਹਦੇ ਘਰੋਂ ਵੀ ਵਾਹਵਾ ਮਿਲਿਆ ਸੀ ਜੀ। ਇਹ ਜਿਹੜਾ ਅਮਲੋਹ ਤੋਂ MLA ਸੀਗਾ ਜੀ, ਉਂਝ ਵੈਸੇ ਨਾਭੇ ਦਾ ਰਹਿਣ ਵਾਲਾ, ਰਾਜਿਆਂ ਦੇ ਟੱਬਰ 'ਚੋਂ ਆ ਜੀ, ਉਹਦੇ ਖਾਸ ਦੇ ਉੱਤੇ ਇਹ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ ਈਡੀ ਦੇ ਵੱਲੋਂ, ਕਿਉਂਕਿ ਛਾਪਾ ਉਦੋਂ ਉਹਦੇ ਵੀ ਘਰੇ ਵੱਜਿਆ ਸੀਗਾ। ਉਹ ਖਾਸਮ ਖਾਸ ਹੈ ਉਸ ਸਾਬਕਾ ਮੰਤਰੀ ਦਾ, ਹੁਣ ਸਾਬਕਾ MLA ਦਾ ਮੰਤਰੀ, ਉਹ ਵੀ ਅਖੀਰਲੇ ਦਿਨਾਂ ਦੇ ਵਿੱਚ ਬਣਾਇਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਂਭੇ ਕੀਤਾ ਗਿਆ।
ਕੋਈ ਇੱਕ ਦਰਜਨ ਦੇ ਕਰੀਬ VIP ਫੋਨ ਨੇ ਜਿਹਨਾਂ ਦੇ ਉੱਤੇ ਹਨੀ ਦੇ ਨਾਲ ਗੱਲਬਾਤ ਤੇ ਮੈਸੇਜ ਉਹਨਾਂ ਦੇ ਉੱਤੇ ਹੁੰਦੇ ਸੀ। ਜਦੋਂ ਹਨੀ ਫੜਿਆ ਗਿਆ ਉਦੋਂ ਬਾਅਦ ਇਹ VIP ਨੰਬਰ ਸਾਰੇ ਦੇ ਸਾਰੇ ਬੰਦ ਹੋ ਗਏ, ਉਦੋਂ ਬਾਅਦ ਇਹ ਚੱਲ ਨਹੀਂ ਰਹੇ, ਸਵਿਚ ਆਫ ਨੇ ਜੀ। ਇਨਫੋਰਸਮੈਂਟ ਡਾਇਰੈਕਟੋਰੇਟ ਇਹਨਾਂ ਸਾਰੇ ਜਿਹੜੇ ਫੋਨ ਨੰਬਰ ਬੰਦ ਨੇ ਉਹਨਾਂ ਦੀ ਪੈੜ ਨੱਪ ਰਹੀ ਹੈ ਜੀ ਕਿ ਕਿਹਦੇ ਕਿਹਦੇ ਕੋਲੇ ਚੱਲਦੇ ਸੀਗੇ ਨੰਬਰ। ਸਵਾਲ ਥੋੜ੍ਹਾ ਜਿਹਾ ਇੰਨਾ ਕੁ ਹੈਗਾ ਕਿ ਬਹੁਤੀਆਂ ਕਾਲ ਜਿਹੜੀਆਂ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਨੇ ਉਹ ਐਪ ਤੋਂ ਕਰਦੇ ਨੇ। ਐਪ ਦੀ ਕਾਲ ਫੜੀ ਤਾਂ ਜਾਂਦੀ ਹੈ, ਇਹ ਨਹੀਂ ਹੈ ਕਿ ਫੜੀ ਨਹੀਂ ਜਾਂਦੀ, ਫੜੀ ਜਾਂਦੀ ਹੈ ਫੋਨ ਤੋਂ ਤਾਂ ਖਾਸ ਤੌਰ ਦੇ ਉੱਤੇ ਜੇ ਫੋਨ ਕੋਲੇ ਹੋ ਜਾਵੇ ਤਾਂ ਫੜੀ ਜਾਂਦੀ ਹੈ, ਜੇ ਫੋਨ ਨਹੀਂ ਮਿਲਿਆ ਤਾਂ ਹੋ ਸਕਦਾ ਉਹ ਨਾ ਵੀ ਫੜੀ ਜਾਵੇ। ਪਰ ਕਿਉਂਕਿ ਹਨੀ ਦੇ ਫੋਨ ਜਿਹੜੇ ਸੀਗੇ ਉਹ ED ਦੇ ਕੋਲੇ ਜੀ, ਇਸ ਕਰਕੇ ਉੱਥੋਂ ਇਹ ਕਾਲਾਂ ਫੜੀਆਂ ਜਾ ਸਕਦੀਆਂ ਨੇ। ਜਿਹੜੀ ਡਿਟੇਲ ਹੈ ਉੱਥੋਂ ਸਾਹਮਣੇ ਆ ਸਕਦੀ ਹੈ ਕਿ ਕਿਹਨੂੰ ਕਿਹਨੂੰ ਕਾਲ ਹੁੰਦੀ ਸੀ, ਚਾਹੇ ਉਹ ਐਪ ਦੇ ਰਾਹੀਂ ਕੀਤੀ ਗਈ ਕਾਲ ਕਿਉਂ ਨਾ ਹੋਵੇ ਜੀ। ਇਹਦੇ ਵਿੱਚੋਂ ਜਿਹੜੇ ਦਰਜਨ ਦੇ ਕਰੀਬ ਇਹ ਸਵਿਚ ਆਫ ਕਿਉਂ ਹੋਏ, ਜੇ ਸਵਿਚ ਆਫ ਹੋਏ ਤੇ ਇਟ ਮੀਨਸ ਕਿ ਕੋਈ ਸ਼ੱਕੀ ਗੱਲ ਹੈਗੀ ਹੈ। ਬਿਲਕੁਲ, ਚਰਨਜੀਤ ਚੰਨੀ ਹੋਰਾਂ ਤੋਂ ਕਿੰਨੀ ਸੈਟਿਸਫਾਈਡ ਹੋਈ ਆ ਇਨਫੋਰਸਮੈਂਟ ਡਾਇਰੈਕਟੋਰੇਟ ਅਜੇ ਨਹੀਂ ਪਤਾ ਜੀ। ਚੰਨੀ ਤੇ ਨਾਲ ਹਨੀ ਜਿਹੜਾ ਉਹ ਕਿੱਥੇ ਕਿੱਥੇ ਗਿਆ ਇਹਦੀ ਡਿਟੇਲ ਮੰਗੀ ਗਈ ਆ, ਕਿਸ ਕਿਸ ਜਗ੍ਹਾ ਦੇ ਉੱਤੇ ਉਹ ਜਾਂਦਾ ਰਿਹਾ, ਤੇ ਡਿਟੇਲ ਇਹ ਵੀ ਮੰਗੀ ਗਈ ਆ ਕਿ ਜਿਹੜੇ ਮੁੱਖ ਮੰਤਰੀ ਬਣਦਿਆਂ ਸਾਰ ਬਹੁਤ ਮਹਿੰਗੀਆਂ ਲਗਜ਼ਰੀ ਗੱਡੀਆਂ ਇੱਕਦਮ ਘਰ ਦੇ ਸਾਰੇ ਜੀਆਂ ਦੇ ਵਾਸਤੇ ਆ ਗਈਆਂ ਉਹ ਕਿੱਥੋਂ ਆਈਆਂ, ਉਹ ਕਿਹਨੇ ਲੈ ਕੇ ਦਿੱਤੀਆਂ, ਕਮਾਈ ਕਿਹੜੀ ਸੀ ਜਿਹੜੀ ਰਾਤੋ ਰਾਤ ਇੰਨੀ ਹੋ ਗਈ ਕਿ ਇੰਨਾ ਕੁਛ ਸਾਰਾ ਜਿਹੜਾ ਸੀ ਉਹ ਬਣ ਗਿਆ। ਕੀ ਸਿਰਫ ਰੇਤਾ ਦਾ ਕਾਰੋਬਾਰ ਸੀ? ਉਂਝ ਵੈਸੇ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਬਦਲੀਆਂ ਕਰਵਾਈਆਂ ਗਈਆਂ ਨੇ ਉਹ ਬਦਲੀਆਂ ਦੇ ਪੈਸੇ ਵੀ ਸੀ। ਇਹ ਵੀ ਪਤਾ ਲੱਗਾ ਕਿ ਚਰਨਜੀਤ ਚੰਨੀ ਹੋਰਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਆਖਿਆ ਮੈਨੂੰ ਤਾਂ ਪਤਾ ਹੀ ਨਹੀਂ ਬਦਲੀਆਂ ਦਾ, ਉਹ ਤਾਂ ਮੇਰਾ ਜਿਹੜਾ ਦਫ਼ਤਰੀ ਸਟਾਫ ਸੀ ਉਹ ਕਰ ਗਿਆ ਜੀ। ਹੁਣ ਦਫ਼ਤਰੀ ਸਟਾਫ ਜਿਹੜਾ ਸ਼ਿਕੰਜਾ ਉਹਦੇ ਉੱਤੇ ਵੀ ਕੱਸਿਆ ਜਾ ਸਕਦਾ ਜੀ, ਔਰ ਇਹ ਕਿਹਾ ਜਾ ਰਿਹਾ ਕਿ ਇਸ ਦਫ਼ਤਰੀ ਸਟਾਫ ਤੋਂ ਵੀ ਪੁੱਛਿਆ ਜਾਊਗਾ। ਸਟਾਫ ਵਾਲੇ ਬਦਲੀ ਥੋੜ੍ਹੀ ਕਰ ਸਕਦੇ ਆ ਆਪਣੇ ਤੌਰ ਦੇ ਉੱਤੇ, ਬਦਲੀਆਂ ਤਾਂ ਕਰਵਾਈਆਂ ਜਾਂਦੀਆਂ ਨੇ। ਜਿਹੜੇ ਸਟਾਫ ਵਾਲੇ ਨੇ, ਪੁਲਿਸ ਵਾਲੇ ਨੇ ਹੇਠਲੇ, ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਇਹ ਗੱਲ ਸਮਝਣੀ ਪਊਗੀ ਕਿ ਸਿਆਸਤਦਾਨ ਇਹ ਲੁੱਟ ਦਾ ਸਾਰਾ ਧੰਦਾ ਉਹਨਾਂ ਦੇ ਰਾਹੀਂ ਚਲਾਉਂਦੇ ਆ, ਤੇ ਜਦੋਂ ਉਹ ਫਸ ਜਾਂਦੇ ਆ ਫਿਰ ਸਾਰਾ ਕੁਛ ਉਹਨਾਂ ਦੇ ਉੱਤੇ ਸੁੱਟ ਕੇ ਆਪ ਸਾਈਡ ਤੋਂ ਦੀ ਹੋ ਕੇ ਨਿਕਲ ਜਾਂਦੇ ਆ ਜੀ। ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇੱਕ ਏਰੀਆ ਪੈਂਦਾ, ਉੱਥੋਂ ਦਾ ਜਿਹੜਾ ਹੁਣ ਸਾਬਕਾ ਹੋ ਗਿਆ MLA ਆ, ਜਿਹੜਾ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਵਾਹਵਾ ਚਰਚਿਤ ਰਿਹਾ ਜੀ, ਇੱਥੇ ਜ਼ਮੀਨ ਅਕਵਾਇਰ ਕੀਤੀ ਗਈ ਸੀ ਕਈ ਪਿੰਡਾਂ ਦੀ, ਦਰਜਨ ਤੋਂ ਉੱਪਰ ਪਿੰਡਾਂ ਦੀ, ਔਰ ਉਹ ਇੱਕ IT ਪਾਰਕ ਬਣਨਾ ਸੀ ਉਹਦੇ ਵਾਸਤੇ ਇਹ ਜ਼ਮੀਨ ਅਕਵਾਇਰ ਕੀਤੀ ਗਈ ਸੀ ਜੀ। ਉਹਦਾ ਪੈਸਾ ਜਦੋਂ ਖਾਤਿਆਂ ਦੇ ਵਿੱਚ ਆ ਗਿਆ ਪਿੰਡਾਂ ਦੇ, ਐਸੇ ਤਰੀਕੇ ਨਾਲ ਉਹ ਕਢਵਾਇਆ ਗਿਆ, ਮੇਰੇ ਕੋਲ ਸਾਰੇ ਪੇਪਰ ਉਹ ਮੌਜੂਦ ਨੇ ਜੀ, ਉਹ ਹੈਰਾਨਗੀ ਇਸ ਗੱਲ ਦੀ ਆ ਕਿ ਕਿੰਨੀ ਲੰਬੀ ਪਲੈਨਿੰਗ ਦੇ ਨਾਲ ਇਹ ਲੋਕ ਚੱਲਦੇ ਆ ਵੀ ਜੇ ਕੱਲ੍ਹ ਨੂੰ ਫੜੇ ਨਾ ਜਾਈਏ, ਫੜੇ ਗਏ ਤੇ ਕੋਈ ਹੋਰ ਕਾਬੂ ਉਹਦੇ ਆ ਜਾਣ। ਜਿਹੜਾ ਪ੍ਰੈਸ ਕਾਨਫਰੰਸ ਕਰਦਾ ਸੀਗਾ ਕਿ ਮੈਂ ਤਾਂ ਗ੍ਰਾਂਟਾਂ ਭੇਜੀਆਂ, ਇਹ ਸਰਪੰਚ ਖਾ ਗਏ, ਇਹ ਵੀਡੀਓ ਖਾ ਗਏ, ਉਹਨਾਂ ਸਰਪੰਚਾਂ ਤੇ ਉਹਨਾਂ ਵੀਡੀਓਜ਼ ਦੇ ਰਾਹੀਂ ਹੀ ਇਹ ਪੈਸਾ ਸਾਰੇ ਦਾ ਸਾਰਾ ਬੈਂਕਾਂ ਦੇ ਵਿੱਚੋਂ ਕਢਵਾਇਆ ਗਿਆ, ਬੈਂਕ ਪੋਲੇ ਕਰ ਦਿੱਤੇ ਗਏ। ਤੁਸੀਂ ਹੈਰਾਨ ਹੋਵੋਗੇ, ਕਾਗਜ਼ਾਂ ਦੇ ਵਿੱਚ FDਆਂ ਬੋਲਦੀਆਂ ਨੇ ਕੁਝ ਪਿੰਡਾਂ ਦੀਆਂ, ਜੇ 10 ਕਰੋੜ ਦੀ FD ਆ ਉਹਦੇ ਉੱਤੇ 9 ਕਰੋੜ ਕਰਜ਼ਾ ਲੈ ਲਿਆ ਹੈ ਜੀ, ਉਹ ਕਰਜ਼ਾ ਲੈ ਕੇ ਗਬਨ ਕਰਤਾ, 10 ਕਰੋੜ ਲਗਭਗ ਮਿੱਟੀ ਕਰਤਾ, ਪਿੰਡਾਂ ਦਾ ਪੈਸਾ ਸਾਰੇ ਦਾ ਸਾਰਾ ਇਹ ਮਿੱਟੀ ਕਰ ਦਿੱਤਾ। ਉੱਧਰ ਮਿੱਟੀ ਵੀ ਖਾ ਗਏ, ਜਿੱਥੇ ਜਿੱਥੇ ਕੰਸਟਰਕਸ਼ਨ ਸ਼ੁਰੂ ਕਰਾਈ ਹਰੇਕ ਦੀ ਬੇਸਮੈਂਟ ਬਣਾਉਣ ਲੱਗ ਗਏ, ਮਿੱਟੀ ਵੀ ਖਾ ਗਏ ਜੀ। ਮਿੱਟੀ ਖਾਣੇ ਲੋਕ ਹੁੰਦੇ ਸੀ ਨਾ, ਇਹ ਮਿੱਟੀ ਖਾਣੇ, ਰੇਤਾ ਖਾਣੇ, ਸਭ ਕੁਛ ਜਿਹੜਾ ਜੀ ਉਹ ਖਾ ਗਏ। ਜੇ ED ਇਮਾਨਦਾਰੀ ਦੇ ਨਾਲ ਇਸ ਜਾਂਚ ਨੂੰ ਅੱਗੇ ਵਧਾਵੇ ਜੀ, ਬਹੁਤ ਵੱਡੇ ਵੱਡੇ ਨਾਮ ਇਹਦੇ ਵਿੱਚ ਆ ਸਕਦੇ। ਪੰਨੂ ਸਾਹਿਬ, ਗੱਲ ਤੁਹਾਡੀ ਠੀਕ ਹੈ, ਪਰ ਇਹ ਗੱਲ ਦੇਖਣੀ ਬਣੇਗੀ ਕਿ ਜਿਹੜੀ ਸਾਡੀ ਨਵੀਂ ਸਰਕਾਰ ਬਣੀ ਹੈ ਉਹ ਚੰਨੀ, ਹਨੀ ਅਤੇ ਮਨੀ ਦੇ ਕਨੈਕਸ਼ਨ ਵੱਲ ਨੂੰ ਤੁਰਦੀ ਆ, ਅਤੇ ਜਾਂ ਫਿਰ ਜਿਹੜੀਆਂ ਸਾਡੇ ਸਾਹਮਣੇ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਦੀ ਹੈ, ਅਤੇ ਜਾਂ ਇਹਨਾਂ ਦੋਨਾਂ ਚੀਜ਼ਾਂ ਦਾ ਬੈਲੈਂਸ ਬਣਾ ਕੇ ਜਿਹੜੇ ਸਾਡੇ ਬੀਤੇ ਦੇ ਵਿੱਚ ਖਜ਼ਾਨੇ ਨੂੰ ਖੋਰਾ ਲੱਗਿਆ ਉਹ ਜਿਹੜੇ ਟੋਏ ਆ ਉਹ ਭਰਨ ਦੇ ਯਤਨ ਵੀ ਕੀਤੇ ਜਾਣਗੇ। ਕੀ ਹੋਵੇਗਾ ਕੀ ਨਹੀਂ ਹੋਵੇਗਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਇੱਕ ਗੱਲ ਤੁਹਾਡੀ ਜਿਹੜੀ ਆ ਉਹ ਬਿਲਕੁਲ ਤੁਹਾਡੀ ਸਾਰੀ ਗੱਲਬਾਤ 'ਚੋਂ ਇਹ ਗੱਲ ਸਾਹਮਣੇ ਆਉਂਦੀ ਆ ਕਿ ਲੁੱਟ ਮਾਰ ਇੰਨੀ ਕੁ ਹੋਈ ਆ ਜਿਹਦੇ ਲਈ ਅਸੀਂ ਜਿੰਨੀਆਂ ਮਰਜ਼ੀ ਕਹਾਵਤਾਂ ਜਿੰਨੀਆਂ ਮਰਜ਼ੀ ਖੌਤਾਂ ਵਰਤ ਲਈਏ, ਮੁਲਕ ਨੂੰ ਕਿਸੇ ਨੇ ਮੁਲਕ ਨਹੀਂ ਸਮਝਿਆ, ਸਟੇਟ ਨੂੰ ਸਟੇਟ ਨਹੀਂ ਸਮਝਿਆ, ਸਾਰੇ ਦਾ ਸਾਰਾ ਜ਼ੋਰ ਚੋਰ ਮੋਰੀਆਂ ਅਤੇ ਸਕੀਮਾਂ ਲਾਉਣ ਦੇ ਵਿੱਚ ਹੀ ਲਾ ਦਿੱਤਾ।
ਲੈਨੇ ਇੱਕ ਛੋਟਾ ਜਿਹਾ ਬ੍ਰੇਕ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਕਰਦੇ ਹਾਂ ਇੱਕ ਅਗਲੀ ਗੱਲ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ, ਪ੍ਰੋਗਰਾਮ ਹੈ ਸੱਚੀਆਂ ਅਤੇ ਖਰੀਆਂ ਪੰਨੂ ਦੀਆਂ। ਪੰਨੂ ਸਾਹਿਬ, ਅਸੀਂ ਗੱਲ ਕਰਦੇ ਸੀ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਬੀਤੀਆਂ ਸਰਕਾਰਾਂ ਦੇ ਦੌਰਾਨ ਹੋਈਆਂ ਇਹਨਾਂ ਸਰਕਾਰਾਂ ਦੀਆਂ ਮਹਾਨ ਕਾਰਜਕਾਰੀਆਂ ਜਿਹੜੀਆਂ ਲੋਕਾਂ ਸਾਹਮਣੇ ਆਉਣ ਤਾਂ ਜੋ ਇਹਨਾਂ ਨੂੰ ਕੁਝ ਪਤਾ ਲੱਗ ਸਕੇ। ਪਰ ਜੇ ਅਸੀਂ ਅਗਲੇ ਸਵਾਲ ਦੀ ਗੱਲ ਕਰੀਏ, ਪੰਜਾਬ ਦੀਆਂ ਦੋਨੋਂ ਰਵਾਇਤੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ 17 ਦੇ ਵਿੱਚ ਫੇਲ ਹੋ ਗਈ ਸੀ ਅਤੇ 22 ਦੇ ਵਿੱਚ ਜਮ੍ਹਾਂ ਹੀ ਥੱਲੇ ਲੱਗ ਗਈ, ਅਤੇ ਉਸੇ ਸਥਿਤੀ ਦੇ ਉੱਤੇ ਅੱਜ ਕਾਂਗਰਸ ਪਹੁੰਚ ਗਈ ਹੈ ਜਿੱਥੇ 17 ਦੇ ਵਿੱਚ ਅਕਾਲੀ ਦਲ ਪਹੁੰਚੀ ਸੀ। ਇਸ ਤੋਂ ਪਹਿਲਾਂ ਕਿ ਇਹ ਪਾਰਟੀ ਆਪਣਾ ਪਿਛਲੇ ਵਾਲ ਵਾਲਾ ਦੁਹਰਾਉਂਦੀ ਸੱਤਾ ਦੇ ਵਿੱਚ ਆਉਂਦੀ, ਅਤੇ ਚੰਨੀ ਅਤੇ ਸਿੱਧੂ ਵਾਲਾ ਕਾਂਡ, ਉਸ ਤੋਂ ਪਹਿਲਾਂ ਸਿੱਧੂ ਅਤੇ ਕੈਪਟਨ ਸਾਹਿਬ ਵਾਲਾ ਰੌਲਾ ਇਸ ਪਾਰਟੀ ਨੂੰ ਕਿਤੇ ਦਾ ਕਿਤੇ ਲੈ ਗਿਆ। ਤਾਕਤ ਨਹੀਂ ਮਿਲੀ, ਸੱਤਾ ਨਹੀਂ ਮਿਲੀ, ਪਾਵਰ ਜਿਹੜੀ ਆ ਕੁਰਸੀ ਦੀ ਉਹ ਰਿਪੀਟ ਨਹੀਂ ਹੋ ਸਕੀ। ਪਰ ਹਾਲਾਤ ਜਿਹੜੇ ਨੇ ਉਹ ਅੱਜ ਵੀ ਜੇ ਅਸੀਂ ਦੇਖੀਏ ਤਾਂ ਅਗਸਤ ਸਤੰਬਰ ਜਦੋਂ ਪਾਵਰ ਸ਼ਿਫਟ ਹੁੰਦੀ ਸੀ ਉਹ ਜਿਹੇ ਹੀ ਹਾਲਾਤ ਨੇ। ਪਾਰਟੀ ਦੇ ਵਿੱਚ ਵੱਡਾ ਬੁਲਾਰਾ ਅਤੇ ਵੱਡਾ ਚਿਹਰਾ ਸਮਝੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਫਿਰ ਤੋਂ ਇੱਕ ਵੱਖਰੇ ਜਿਹੇ ਲਾਈਨ ਲੈ ਕੇ ਤੁਰੇ ਫਿਰਦੇ ਨੇ। ਕੀ ਲੱਗਦਾ ਜੀ, ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਦੇ ਵਿੱਚ ਕੁਝ ਸਮੱਸਿਆਵਾਂ ਨੇ ਜਾਂ ਪਾਰਟੀ ਦੇ ਵਿੱਚ ਗੰਧਲਾ ਪਾਣੀ ਇੰਨਾ ਹੈ ਕਿ ਇਕੱਲੇ ਉਹ ਸਾਫ਼ ਨਹੀਂ ਕਰ ਪਾ ਰਹੇ? ਜੀ, ਦੋਨੋਂ ਚੀਜ਼ਾਂ ਹੀ ਨੇ ਜੀ, ਦੋਨੋਂ ਚੀਜ਼ਾਂ ਨੇ। ਗੁਜਰਾਤ ਦੇ ਵਿੱਚ ਹਾਰਦਿਕ ਪਟੇਲ ਦੀਆਂ ਬਾਗੀ ਸੁਰਾਂ ਸੁਣਨ ਨੂੰ ਮਿਲ ਰਹੀਆਂ ਨੇ। ਉਹ ਕਹਿੰਦਾ ਕਿ ਕਾਂਗਰਸ ਜਿਹੜੀ ਗੁਜਰਾਤ ਦੀ ਆ ਉਹ ਮੈਨੂੰ ਪੁੱਛ ਹੀ ਨਹੀਂ ਰਹੀ, ਨਾ ਮੈਨੂੰ ਮੀਟਿੰਗਾਂ ਦਾ ਕੋਈ ਸੱਦਾ ਦਿੱਤਾ ਜਾਂਦਾ, ਨਾ ਜਿਹੜੀਆਂ ਚੇਂਜਸ ਕੀਤੀਆਂ ਜਾ ਰਹੀਆਂ ਨੇ ਉਹਦਾ ਕੋਈ ਮੈਨੂੰ ਸੱਦਾ ਦਿੱਤਾ ਜਾਂਦਾ। ਦੇਖਿਆ ਜਾਵੇ ਤਾਂ ਕਾਂਗਰਸ ਜਿਹੜੀ ਚੀਜ਼ ਦੇ ਵਿੱਚ ਫੇਲ ਹੋਈ ਨਾ, ਉਹ ਇਸ ਚੀਜ਼ ਦੇ ਵਿੱਚ ਫੇਲ ਹੋਈ ਕਿ ਉਹਨੇ ਨਵੀਂ ਲੀਡਰਸ਼ਿਪ ਪੈਦਾ ਨਹੀਂ ਕੀਤੀ ਜੀ, ਬਲਕਿ ਮੈਂ ਇਹ ਕਹੂੰਗਾ ਕਿ ਰਵਾਇਤੀ ਪਾਰਟੀਆਂ ਫੇਲ ਹੋਈਆਂ ਇਹਦੇ ਵਿੱਚ। ਅੱਜ ਭਾਜਪਾ ਵੀ ਉਹੀ ਗਲਤੀ ਕਰੀ ਜਾ ਰਹੀ ਹੈ, ਅਕਾਲੀ ਦਲ ਬਾਦਲ ਨੇ ਵੀ ਉਹੀ ਗਲਤੀ ਕੀਤੀ। ਅਕਾਲੀ ਦਲ ਬਾਦਲ ਨੇ ਤਾਂ ਸਗੋਂ ਜਿਹੜੇ ਲੀਡਰ ਹੈਗੇ ਸੀਗੇ ਉਹ ਖੂੰਜੇ ਲਾ ਤੇ, ਜਿਹੜੇ ਟਕਸਾਲੀ ਸੀ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਾਹਮਣੇ ਸਿਰਫ ਇੱਕੋ ਚੀਜ਼ ਰਹੀ ਕਿ ਕਿਸੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜਾਏ ਪੰਜਾਬ ਦਾ ਜੀ। ਵੈਸੇ ਬਣਾਉਣਾ ਚਾਹੁੰਦੇ ਤਾਂ 12 ਦੇ ਵਿੱਚ ਬਣਾ ਦਿੰਦੇ ਜਦੋਂ ਰਿਪੀਟ ਹੋਈ ਸੀ, ਨਾਲੇ ਵੇਖ ਲੈਂਦੇ ਤਮਾਸ਼ਾ, ਨਹੀਂ ਬਣਾਇਆ ਉਹਨਾਂ ਨੇ। ਕਈ ਵਾਰੀ ਸਿਆਣੇ ਕਹਿੰਦੇ ਆ ਵੀ ਢਿੱਡੋ ਜੰਮਿਆਂ ਦੇ ਦੰਦ ਨਹੀਂ ਗਿਣੀਦੇ ਜੀ, ਸ਼ਾਇਦ ਇਸ ਕਰਕੇ ਨਾ ਬਣਾਇਆ ਹੋਵੇ। ਕਾਂਗਰਸ ਨੇ ਵੀ ਲੀਡਰਸ਼ਿਪ ਪਨਪਣ ਨਹੀਂ ਦਿੱਤੀ। ਰਾਹੁਲ ਗਾਂਧੀ ਨੇ ਇੱਕ ਵਾਰੀ ਤਜਰਬਾ ਕੀਤਾ ਸੀਗਾ ਕਿ ਜਿਹੜੇ ਯੂਥ ਕਾਂਗਰਸ ਦੇ ਨੇਤਾ ਉਹ ਵੋਟਾਂ ਪਾ ਕੇ ਬਣਾਉਣੇ ਆ, ਇਹਨਾਂ ਦੇ ਵਿੱਚ ਰਵਨੀਤ ਬਿੱਟੂ ਪਹਿਲੀ ਵਾਰੀ ਪ੍ਰਧਾਨ ਬਣਿਆ ਸੀਗਾ ਜੀ। ਹਾਲਾਂਕਿ ਰਵਨੀਤ ਬਿੱਟੂ ਵੀ ਸਿਆਸੀ ਪਰਿਵਾਰ ਦੇ ਵਿੱਚੋਂ ਆਉਂਦਾ ਜੀ, ਉਹ ਆਮ ਘਰਾਂ ਦੇ ਵਿੱਚੋਂ ਨਹੀਂ ਸੀਗਾ। ਰਾਜਾ ਵੜਿੰਗ ਬਣੇ, ਇੱਕ ਦੋ ਹੋਰ ਬਾਅਦ ਦੇ ਵਿੱਚ ਬਣੇ, ਉਦੋਂ ਇਹ ਲੱਗਿਆ ਕਿ ਸ਼ਾਇਦ ਹੋ ਸਕਦਾ ਕਿ ਨਵੀਂ ਲੀਡਰਸ਼ਿਪ ਜਿਹੜਾ ਉਹਨੂੰ ਮੌਕਾ ਦਿੱਤਾ ਜਾਵੇ ਜਾਂ ਉਹ ਵੱਡੀ ਹੋਵੇ ਸਾਹਮਣੇ ਆਵੇ, ਇਸ ਤਰ੍ਹਾਂ ਦਾ ਕੁਛ ਹੋਇਆ ਨਹੀਂ। ਇਹ ਰਵਾਇਤੀ ਪਾਰਟੀਆਂ ਦੀ ਸਭ ਤੋਂ ਕਮਜ਼ੋਰ ਕੜੀ ਇਹ ਚੀਜ਼ ਬਣ ਗਈ ਵੀ ਜਾਂ ਤਾਂ ਉਹੀ ਬੁੱਢੀ ਲੀਡਰਸ਼ਿਪ, ਤੁਸੀਂ ਦੇਖੋ ਕਿ ਜੇ ਹਾਲਾਂਕਿ ਹੈ ਉਹ ਵੀ ਸਿਆਸੀ ਪਰਿਵਾਰ ਦੇ ਵਿੱਚੋਂ ਸਿੰਧੀ ਆ, ਉਹ ਮੱਧ ਪ੍ਰਦੇਸ਼ ਦੇ ਵਿੱਚ ਚੋਣਾਂ 'ਚ ਚੰਗੀ ਭੂਮਿਕਾ ਨਿਭਾਉਂਦਾ ਪਿਛਲੀਆਂ ਚੋਣਾਂ 'ਚ, ਅਤੇ ਜਦੋਂ ਆਉਂਦੀ ਆ ਗੱਲ ਮੁੱਖ ਮੰਤਰੀ ਦੀ ਅਤੇ ਉਦੋਂ ਫਿਰ ਲਿਆ ਕੇ ਉਹੀ ਬੁੱਢੀ ਲੀਡਰਸ਼ਿਪ ਜਿਹੜੀ ਆ ਉਹਦੇ ਉੱਤੇ ਬਿਠਾ ਦਿੱਤੀ ਜਾਂਦੀ ਆ, ਕਮਲਨਾਥ ਨੂੰ ਉੱਥੇ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ। ਬਿਲਕੁਲ। ਰਾਜਸਥਾਨ ਦੇ ਵਿੱਚ ਪਾਇਲਟ ਮਿਹਨਤ ਕਰਦਾ, ਪਾਇਲਟ ਨੇ ਬਹੁਤ ਮਿਹਨਤ ਕੀਤੀ ਪਿਛਲੀਆਂ ਚੋਣਾਂ ਦੇ ਵਿੱਚ ਰਾਜਸਥਾਨ 'ਚ, ਜਦੋਂ ਮੁੱਖ ਮੰਤਰੀ ਦੀ ਗੱਲ ਆਉਂਦੀ ਹੈ ਅਤੇ ਉਹੀ ਉੱਥੇ ਪੁਰਾਣੀ ਜਿਹੜੀ ਲੀਡਰਸ਼ਿਪ ਹੈ ਗਹਿਲੋਤ, ਉਹਨਾਂ ਨੂੰ ਲਿਆ ਕੇ ਬਿਠਾ ਦਿੱਤਾ ਜਾਂਦਾ। ਉਹ ਸਿੰਧੀਆ ਤਾਂ ਬਗਾਵਤ ਕਰ ਗਿਆ ਜੀ, ਉਹ ਚਲੇ ਗਿਆ ਭਾਜਪਾ ਦੇ ਵਿੱਚ, ਪਾਇਲਟ ਦੇ ਨਾਲ ਟਿਕਿਆ ਹੋਇਆ, ਉਹਦੀ ਗੱਲ ਬਣੀ ਨਹੀਂ, ਬਗਾਵਤ ਦੀ ਤਾਂ ਕੋਸ਼ਿਸ਼ ਉਹਨੇ ਕੀਤੀ। ਪੰਜਾਬ ਦੇ ਵੀ ਹਾਲਾਤ ਇਹੋ ਜਿਹੇ ਬਣੇ ਜੀ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਆਏ, ਔਰ ਉਹਨਾਂ ਨੇ ਉਹਨਾਂ ਦੀ ਜਿਹੜੀ ਮੁਸ਼ਕਲ ਆ ਨਾ ਸਭ ਤੋਂ ਵੱਡੀ ਇਹ ਆ ਕਿ ਉਹ ਟੀਮ ਵਰਕ ਦੇ ਵਿੱਚ ਨਹੀਂ ਚੱਲ ਸਕਦੇ ਜੀ, ਔਰ ਉਹਨਾਂ ਨੂੰ ਹੰਕਾਰ ਬਹੁਤ ਹੈ ਆਪਣੇ ਆਪ ਦੇ ਉੱਤੇ ਵੀ ਮੇਰੇ ਤੋਂ ਸਿਆਣਾ ਦੁਨੀਆਂ 'ਚ ਕੋਈ ਨਹੀਂ। ਜਦੋਂ ਕੋਈ ਬੰਦਾ ਇਹ ਸੋਚਣ ਲੱਗ ਜਾਏ ਨਾ ਕਿ ਮੇਰੇ ਤੋਂ ਸਿਆਣਾ ਦੁਨੀਆਂ ਦੇ ਵਿੱਚ ਕੋਈ ਨਹੀਂ, ਤਾਂ ਸੱਚੀ ਪੁੱਛੋ ਜੀ ਉਹਦਾ ਇਹ ਡਾਊਨਫਾਲ ਹੁੰਦਾ, ਉਹਨੂੰ ਸੈਲਫ ਐਨਾਲਿਸਿਸ ਉਸ ਵੇਲੇ ਕਰਨਾ ਚਾਹੀਦਾ, ਕਿਉਂਕਿ ਦੁਨੀਆਂ ਦਾ ਜਾਣਕਾਰੀ ਜਿਹੜੀ ਆ ਉਹ ਤਾਂ ਇੱਕ ਸਮੁੰਦਰ ਹੈ ਜੀ, ਜਿੰਨਾ ਤੁਸੀਂ ਇਹਦੇ ਵਿੱਚ ਅੱਗੇ ਤੁਰੇ ਜਾਂਦੇ ਹੋ ਉਨਾ ਹੋਰ ਡੂੰਘਾ ਹੁੰਦਾ ਤੁਰਿਆ ਜਾਂਦਾ। ਈਵਨ ਆਮ ਜਿਹੜੇ ਬੰਦੇ ਜਿਹੜੇ ਕਿ ਆਪਾਂ ਨੂੰ ਵੀ ਵਾਚ ਕਰਦੇ ਆ, ਡਿਫਰੈਂਟ ਹੋਰ ਲੋਕਾਂ ਨੂੰ ਵਾਚ ਕਰਦੇ ਆ, ਉਹ ਵੀ ਇਸ ਤਰ੍ਹਾਂ ਦੇ ਇੰਟਲੈਕਚੁਅਲ ਨੇ ਜਿਹੜੇ ਕਹਿੰਦੇ ਇੱਥੋਂ ਤੱਕ ਸਾਡੇ ਕੋਲ ਜਾਣਕਾਰੀ ਹੈਗੀ ਆ, ਜੇ ਇਹਦੇ ਤੋਂ ਅਗਲੀ ਜਾਣਕਾਰੀ ਹੈ
ਤਾਂ ਗੱਲ ਕਰੀ ਨਹੀਂ ਤਾਂ ਨਾ ਕਰੀ ਉਹ ਅੱਗੇ ਚੇਂਜ ਕਰ ਜਾਂਦੇ ਆ ਜੀ। ਮਤਲਬ ਕਿ ਆਮ ਜਾਣਕਾਰੀ ਜਿਹੜੀ ਲੋਕਾਂ ਕੋਲੇ ਬਹੁਤ ਜ਼ਿਆਦਾ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਸਾਰਾ ਕੁਝ ਪਤਾ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸਮੱਸਿਆ ਹੀ ਇਹ ਰਹੀ ਹੈ ਕਿ ਮੈਂ ਸਭ ਕੁਝ ਹੈ। ਇਸੇ ਕਰਕੇ ਉਹਨਾਂ ਨੇ ਜਦੋਂ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਤੇ ਉਹਨਾਂ ਨੂੰ ਦੂਜਾ ਜਿਹੜੇ ਪਾਵਰ ਮਿਨਿਸਟਰੀ ਦਿੱਤੀ ਗਈ ਉਹ ਘਰੇ ਬਹਿ ਗਏ ਮੌਨ ਧਾਰ ਕੇ ਜੀ, ਫਿਰ ਨਹੀਂ ਨਿਕਲੇ। ਨਿਕਲੇ ਉਦੋਂ ਜਦੋਂ ਥੋੜਾ ਜਿਹਾ ਸਮਾਂ ਰਹਿ ਗਿਆ ਸੀਗਾ ਚੋਣਾਂ ਦੇ ਵਿੱਚ, ਉਦੋਂ ਬਹੁਤ ਲੇਟ ਹੋ ਚੁੱਕਾ ਹੋਇਆ ਸੀਗਾ ਜੀ। ਪਰ ਬਾਅਦ ਦੇ ਵਿੱਚ ਵੀ ਉਹਨਾਂ ਨੇ ਜਿਸ ਕਿਸਮ ਦੇ ਨਾਲ ਪੰਜਾਬ ਦੀਆਂ ਚੋਣਾਂ ਦੇ ਵਿੱਚ ਜੋ ਰੋਲ ਨਿਭਾਇਆ ਉਹ ਸਭ ਦੇ ਸਾਹਮਣੇ ਜੀ, ਉਹਨਾਂ ਨੇ ਕਾਂਗਰਸ ਦਾ ਨੁਕਸਾਨ ਕੀਤਾ ਬਹੁਤ। ਸਿਰਫ ਨਵਜੋਤ ਸਿੰਘ ਸਿੱਧੂ ਨੇ ਨਹੀਂ ਕੀਤਾ, ਪਰ ਨਵਜੋਤ ਸਿੰਘ ਸਿੱਧੂ ਨੇ ਬਹੁਤ ਡੈਮੇਜ ਕੀਤਾ, ਚਰਨਜੀਤ ਚੰਨੀ ਨੇ ਬਹੁਤ ਡੈਮੇਜ ਕੀਤਾ, ਔਰ ਜਿਹੜੇ ਬਾਕੀ ਨੇ ਤੁਰੇ ਫਿਰਦੇ ਉਹਨਾਂ ਨੇ ਸਭ ਨੇ ਆਪੋ ਆਪਣੀ ਜਗ੍ਹਾ ਦੇ ਉੱਤੇ ਡੈਮੇਜ ਕੀਤਾ। ਈਵਨ ਜਾਖੜ ਸਾਹਿਬ ਨੇ ਕਾਂਗਰਸ ਨੂੰ ਬਹੁਤ ਡੈਮੇਜ ਕੀਤਾ। ਇਹਨਾਂ ਦੇ ਡੈਮੇਜ ਦੀ ਵਜ੍ਹਾ ਕਰਕੇ ਹੀ ਕਾਂਗਰਸ ਦੀ ਪਤਲੀ ਹਾਲਤ ਜਿਹੜੀ ਉਹ ਹੋ ਗਈ। ਤੁਸੀਂ ਦੇਖੋ ਕਾਂਗਰਸ ਜਿਹਦੇ ਕੋਲ ਕਿਸੇ ਟਾਈਮ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਲੀਡਰ ਹੁੰਦਾ ਸੀਗਾ, ਅੱਜ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈਗੇ ਕਾਂਗਰਸ ਦੇ ਜੀ। ਜੇ ਉਹਦੇ ਕੋਲ ਗੁਜਰਾਤ ਦੇ ਵਿੱਚ ਜਿਹੜਾ ਪਟੇਲ ਹੈ ਉਹ ਛੱਡਣ ਨੂੰ ਫਿਰ ਰਿਹਾ, ਉਹ ਕਹਿੰਦਾ ਮੇਰੀ ਪੁੱਛਦਾ ਕੋਈ ਨਹੀਂ, ਤੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੀ ਚੋਇਸ ਆ ਉਹਨਾਂ ਦੀ ਉਹ ਕਾਫੀ ਹੱਦ ਤੱਕ ਸਹੀ ਕਹੀ ਜਾ ਸਕਦੀ ਹੈ। ਰਾਜਾ ਵੜਿੰਗ ਕਿਉਂਕਿ ਕਾਂਗਰਸੀ ਨੇ ਕਿਸੇ ਪਾਰਟੀ ਨੂੰ ਛੱਡ ਕੇ ਨਹੀਂ ਆਏ, ਉਹਨਾਂ ਨੂੰ ਪ੍ਰਧਾਨਗੀ ਦਾ ਤਾਜ ਦਿੱਤਾ, ਉਹਨਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਬਣਾਇਆ ਵਿਧਾਨ ਸਭਾ ਦੇ ਵਿੱਚ ਨੇਤਾ, ਉਹ ਵੀ ਟਕਸਾਲੀ ਕਾਂਗਰਸੀ ਤਾਂ ਹੈਗੇ ਆ। ਸੋ ਕਿਤੇ ਨਾ ਕਿਤੇ ਕਾਂਗਰਸ ਨੂੰ ਇੰਨੀ ਕੁ ਸੋਝੀ ਆਈ ਕਿ ਟਕਸਾਲੀ ਕਾਂਗਰਸੀਆਂ ਦੇ ਕੋਲੇ ਜਾਣਾ ਹੁਣ ਸਮੱਸਿਆ ਜਿਹੜੀ ਆ ਨਾ ਜੀ ਵੱਡੀ ਰਾਜਾ ਵੜਿੰਗ ਹੋਰਾਂ ਦੇ ਵਾਸਤੇ ਬਣਨੀ ਹੈ ਕਿ ਬਾਕੀਆਂ ਨੂੰ ਉਹ ਨਾਲ ਲੈ ਕੇ ਕਿਵੇਂ ਚੱਲਣ, ਕਿਉਂਕਿ ਇੱਥੇ ਫਿਰ ਇਹ ਆ ਜਾਂਦੀ ਕਿ ਅਸੀਂ ਸੀਨੀਅਰ। ਹਰੇ ਤੱਕ ਤੁਸੀਂ ਦੇਖਿਆ ਹੋਣਾ ਜਿਹੜੀ ਮਾਝਾ ਬ੍ਰਿਗੇਡ ਹੈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਇਹਦੇ ਉੱਤੇ ਬਿਲਕੁਲ ਬਹੁਤਾ ਜ਼ਿਆਦਾ ਜੀ, ਨਾ ਉਹ ਰਾਜਾ ਵੜਿੰਗ ਹੋਰਾਂ ਦੇ ਨਾਲ ਅਜੇ ਤੁਰਦੇ ਕਿਤੇ ਨਜ਼ਰ ਆਉਂਦੇ ਆ। ਹਾਂ, ਰਾਜਾ ਵੜਿੰਗ ਹੋਰੀ ਜਾ ਕੇ ਜਿਹੜੇ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਜ਼ਰੂਰ ਨਜ਼ਰ ਆਉਂਦੇ ਆ, ਉਹਨਾਂ ਨੂੰ ਮਿਲਦੇ ਜ਼ਰੂਰ ਨਜ਼ਰ ਆਉਂਦੇ ਆ। ਇੱਥੇ ਉਹ ਦਰਬਾਰ ਸਾਹਿਬ ਗਏ ਤੇ ਉੱਥੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਹੋਰੀ ਨਾਲ ਹੈ ਨਹੀਂ ਸੀ ਫਿਰ ਜੀ। ਉਹਨਾਂ ਨੇ ਟਵੀਟ ਕਰਕੇ ਤਾਂ ਸਵਾਗਤ ਕਰਤਾ ਪਰ ਦਿਲੋਂ ਸਵਾਗਤ ਨਹੀਂ ਕੀਤਾ। ਹੁਣ ਨਵਜੋਤ ਸਿੰਘ ਸਿੱਧੂ ਕੀ ਕਰ ਰਹੇ ਆ, ਜਿਹਨਾਂ ਜਿਹਨਾਂ ਨੂੰ ਕਾਂਗਰਸ ਨੇ ਬਰਖਾਸਤ ਕੀਤਾ ਆ ਉਹ ਉਹਨਾਂ ਦੇ ਕੋਲੇ ਫਿਰ ਰਹੇ ਆ, ਉਹਨਾਂ ਦੇ ਕੋਲੇ ਜਾ ਕੇ ਉਹਨਾਂ ਦਾ ਪਤਾ ਲੈ ਰਹੇ ਆ। ਕੀ ਇਹ ਸਮਝਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਤੁਰ ਰਹੇ ਆ ਜੀ, ਕਿਉਂਕਿ ਕਾਂਗਰਸ ਦੇ ਵਿੱਚ ਉਹ ਕਿਵੇਂ ਰਹਿਣਗੇ ਇਹ ਬੜਾ ਵੱਡਾ ਸਵਾਲ ਹੈ। ਹੋਰ ਕੋਈ ਰਾਹ ਉਹਨਾਂ ਦੇ ਕੋਲੇ ਨਹੀਂ ਬਚਿਆ ਕਿ ਉਹ ਕਿਹੜੀ ਪਾਰਟੀ ਦੇ ਕੋਲੇ ਜਾਣਗੇ, ਬਹੁਤੀਆਂ ਪਾਰਟੀਆਂ ਨਾਲ ਤਾਂ ਭੌਂ ਭੂ ਆਏ ਆ ਤੇ ਜਿਹੜੀਆਂ ਕੁਛ ਰਹਿੰਦੀਆਂ ਪਾਰਟੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਇੰਨਾ ਕੁ ਕੁਛ ਬੋਲ ਦਿੱਤਾ ਹੋਇਆ ਉਹਨਾਂ ਨੇ ਕਿ ਉਹ ਪਾਰਟੀਆਂ ਕਿਸੇ ਵੀ ਹਾਲਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤਾਂ ਨਹੀਂ ਲੈਣਗੀਆਂ। ਹੁਣ ਦੋ ਚੀਜ਼ਾਂ ਨੇ ਕਿ ਕੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇਹ ਐਗਜ਼ਿਟ ਪੁਆਇੰਟ ਆ ਗਿਆ ਜੀ ਕਿ ਉਹ ਸਿਆਸਤ ਦੇ ਵਿੱਚੋਂ ਬਾਹਰ ਨਿਕਲ ਜਾਣ ਤੇ ਦੂਜੇ ਪਾਸੇ ਨੂੰ ਚੱਲ ਜਾਣ। ਵੈਸੇ ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਗੱਲ ਆਖੀ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ, ਜੇ ਅਸੀਂ ਹਾਰ ਗਏ ਤੇ ਅਸੀਂ ਆਪਣੇ ਪੁਰਾਣੇ ਕੰਮ ਦੇ ਵਿੱਚ ਵਾਪਸ ਚੱਲ ਜਾਵਾਂਗੇ, ਮਤਲਬ ਕਿ ਟੈਲੀਵਿਜ਼ਨ ਦੇ ਵਿੱਚ। ਹੁਣ ਉੱਥੇ ਟੈਲੀਵਿਜ਼ਨ ਦੇ ਵਿੱਚ ਸਵਾਲ ਇਹ ਆ ਕਿ ਭਾਜਪਾ ਦਾ ਕੰਟਰੋਲ ਹੈ ਮੁਲਕ ਦੇ ਉੱਤੇ ਤੇ ਚੈਨਲਾਂ ਦੇ ਉੱਤੇ ਵੀ ਕੰਟਰੋਲ ਹੈ ਜੀ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਐਂਟਰੀ ਦੇਣਗੇ, ਇਹਦੇ ਵਾਸਤੇ ਇੱਕ ਵੱਡਾ ਸਵਾਲ ਹੈ। ਉਸ ਵੇਲੇ ਕਿਹਾ ਜਾਂਦਾ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਮੰਤਰੀ ਹੁੰਦਿਆਂ ਵੀ ਇੱਕ ਉਹ ਸ਼ੋਅ ਦੇ ਵਿੱਚ ਬਹਿੰਦੇ ਸੀਗੇ ਜਾ ਕੇ, ਉਦੋਂ ਹਟਾਉਣ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਕਿਤੇ ਨਾ ਕਿਤੇ ਹੱਥ ਸੀਗਾ ਜੀ ਕਿ ਉਹਨੂੰ ਲਾਂਭੇ ਕਰੋ। ਹੁਣ ਉਹ ਬੈਠਣ ਦੇਣਗੇ, ਇਹ ਵੱਡਾ ਸਵਾਲ ਹੈ। ਨਵਜੋਤ ਸਿੰਘ ਸਿੱਧੂ ਹੋਰੀ ਰਾਜਾ ਵੜਿੰਗ ਨੂੰ ਚੱਲਣ ਦੇਣਗੇ, ਇਹ ਵੱਡਾ ਸਵਾਲ ਹੈ। ਜੇ ਉਹ ਇਕੱਠੇ ਕਰਦੇ ਫਿਰ ਰਹੇ ਨੇ, ਜੇ ਇੰਨੀ ਮਿਹਨਤ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਕੀਤੀ ਹੁੰਦੀ, ਡਿਊਰਿੰਗ ਇਲੈਕਸ਼ਨ ਕੀਤੀ ਹੁੰਦੀ, ਤੇ ਸ਼ਾਇਦ ਇੰਨੇ ਮੰਦੇ ਹਾਲਤ ਨਾ ਹੁੰਦੇ। ਪਰ ਉਦੋਂ ਉਹਨਾਂ ਨੂੰ ਇਹ ਲੱਗਿਆ ਕਿ ਮੈਨੂੰ ਪ੍ਰਧਾਨ ਬਣਾਤਾ, ਚਰਨਜੀਤ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾਤਾ, ਮੁੱਖ ਮੰਤਰੀ ਤਾਂ ਕਹਿੰਦੇ ਮੈਂ ਬਣਨਾ ਸੀਗਾ ਜੀ, ਇਸੇ ਕਰਕੇ ਉਹਨਾਂ ਨੂੰ ਕੋਈ ਪਸੰਦ ਨਹੀਂ ਸੀ ਆ ਰਿਹਾ। ਸਵਾਲ ਇਹ ਆ ਕਿ ਇੱਕ ਬੰਦਾ ਤਾਂ ਇੱਕ ਅਹੁਦੇ 'ਤੇ ਰਹਿ ਸਕਦਾ ਨਾ, ਜਾਂ ਉਹ ਪ੍ਰਧਾਨ ਬਣੂਗਾ, ਜਾਂ ਉਹ ਮੁੱਖ ਮੰਤਰੀ ਬਣੂਗਾ, ਜਾਂ ਉਹ ਕੋਈ ਮੰਤਰੀ ਬਣ ਜੂਗਾ। ਉਹ ਕਹਿੰਦੇ ਪ੍ਰਧਾਨ ਵੀ ਮੈਂ ਰਹਿਣਾ, ਮੁੱਖ ਮੰਤਰੀ ਵੀ ਮੈਂ ਬਣਨਾ, ਐਡਵੋਕੇਟ ਜਨਰਲ ਵੀ ਮੈਂ ਹੀ ਲੱਗਣਾ, ਤੇ DGP ਵੀ ਮੈਂ ਹੀ ਲੱਗਣਾ, ਸਾਰਾ ਕੁਛ ਮੈਂ ਹੀ ਕਰਨਾ ਜੀ। ਇਸ ਵੇਲੇ ਕਾਂਗਰਸ ਦਾ ਉਹ ਫਿਰ ਦੁਬਾਰਾ ਤੋਂ ਹੋਰ ਨੁਕਸਾਨ ਕਰ ਰਹੇ ਆ, ਉਹ ਧੜੇਬੰਦੀ ਕ੍ਰੀਏਟ ਕਰ ਰਹੇ ਆ, ਕਾਂਗਰਸ ਦੇ ਵਿੱਚ ਧੜੇਬੰਦੀ ਵੱਧ ਰਹੀ ਆ।
क्योंकि नवजोत सिंह सिद्धू हुरी राजा वड़िंग होरां दे नाल तुरन की जगह के उत्ते वक्रे तौर के उत्ते उन्हां वल नूं तुर पए ने जिन्हां नूं कढ़िया होया। जे तुसीं फोटो देखो तो उहदे विच समराले तो एक कढ़े सी उह उन्हां कोले जाके आए ने जी। नाजर सिंह मानशाही हो गया, परमल मिल जूगा उन्हां नूं, एक होर जिहड़े एक दो कढ़े सीगे उह मिल मुल जाणगे। वैसे तो सुखपाल सिंह खहरा होरी भी बड़ी सपोर्ट करते रहे नवजोत सिंह सिद्धू होरां दी, पता नहीं हुण उन्हां दे धड़े दे नाल जांदे आ जां क्योंकि वह भालदे सी एल ओ पी कि मैनू बना दिओ, नहीं उन्हां नूं मिली उन्हां दी जगह ते एक्सपीरियंस वाले प्रताप सिंह बाजवा बना दिते गए आ। वेखणा यह होगा कि राजा वड़िंग होरां दे वास्ते जिहड़ा चैलेंज आ वह खेरू खेरू होई कांग्रेस नूं उठा करना सब तो वड्डा चैलेंज आ, उहनूं कर सकदे आ या नहीं कर सकती, ये बहुत बड़ा सवाल रहेगा। क्योंकि कांग्रेस के अंदर भी वो लोग बैठे आ जिहड़े कहिंदे आ कि कांग्रेस साथों बिना किवें चल सकती है, वो चाहे हाई कमांड दे विच G23 वाले बैठे ने ते चाहे इत्थे पंजाब दे विच तुसीं कह लो कई बैठे ने और उन्हां दे नाल दो चार होना पवेगा। अजे तक किसी मैंबर पार्लीमेंट ने इन्हां नियुक्तियां दा खुल के स्वागत नहीं किया, ना मनीष तिवाड़ी होरां ने ना बाकी जिहड़े मैंबर पार्लीमेंट ने उन्हां जी। पन्नू साहब तुसीं डिस्क्राइब करदे सी ते मैनूं हासा आ रहा सी वी कांग्रेस दे विच किसे ने कोशिश भी की आ, जाखड़ साहब ने भी नुकसान किया, चन्नी साहब ने भी नुकसान किया ते सिद्धू साहब ने भी नुकसान किया, पर बिल्कुल थोड़ी गल दुरुस्त आ कि ये सारे दे सारे जोर तो लाउंदे सी पर इह जिहड़ा गड्ढा आ उहनूं चिक्कड़ चों कढ़न लई जोर नहीं सी लाउंदे, इह अपनी अपनी टौर बनाउण लई जोर लाउंदे रहे। कांग्रेस की अज के समय च बड़ी मुश्किल बनी हुई है कि हाईकमांड जी हाईकमांड ना रह के एक सुस्त कमांड बनी हुई है। तुसी बिल्कुल दुरुस्त राजस्थान की गल की, मध्य प्रदेश की गल की, छत्तीसगढ़ की असी गल करते हैं उत्थे भी यही हालात ने, पंजाब के हालात भी कमोबेश यही ने। पर जदों असी प्रशांत किशोर की गल सुनते हैं तो वह कहें कि जेकर विरोधी धिर ने एकजुट होना है तो कांग्रेस का धागा जोड़ा है वह जरूरी है, क्योंकि सारे देश के बहुत कोई भी ऐसी वीड्डी पार्टी नहीं हैगी जी कि इन्हां सारी चीज़ों एकजुट कर सके। चलो थोड़ा जिहा समां दे दिंदे आ पंजाब दे विच ते आम आदमी पार्टी कोल बहुत सोहना टाइम है, वह अपना काम करनगे ते कांग्रेस कोल भी लै दे के आने वाले समय च एक संगरूर की सीट ही है जिते थोड़ा बहुत संघर्ष करना, बाकी टाइम हैगा 4-4.5 साल, जो थोड़ा बहुत कोशिश करनी होगी तो अगले टाइम च कर लैणगे। आपां लैने एक ब्रेक ते करदे आ फिर अगली गल। स्वागत है जी एक बार फिर तो पंजाबी नैशनल टीवी के प्रोग्राम सच्चियां ते खरियां पन्नू दीआं विच। पन्नू साहब इस सदी दियां मैं कई बार गल करदा हुंदा कि वड्डियां घटनावां गिणियां जाणगियां करोना ते किसान अंदोलन। जेकर असी किसान अंदोलन की गल करिए तो बहुत लंबा संघर्ष रहा जिहनूं बूर पिया ते किसान उस अंदोलन चों जित के भी वापस आए, जित के वापस आए असी इस संदर्भ च कह सकते हैं कि वो जिहड़े 3 कानून बनाए सी सरकार ने, प्रधानमंत्री साहब ने वो श्री गुरु नानक देव साहब जी दे जन्मदिन वाले दिन वो वापस लै लए, पर उहदे नाल भी किसानां दी हालत दे विच कुछ बहुता फर्क नहीं पैना क्योंकि उस तो पहलां भी साडियां समस्यावां उवें ही सी ते हुण भी उवें ही ने, बल्कि कई पास्यों शिकंजा जिहड़ा आ कस हुंदा नज़र आउंदा, कदी उह दाणियां दी क्वालिटी नूं लै के, कदी उह पेस्टीसाइड्स जिहड़े ते इनसैक्टीसाइड दी सबसिडी नूं लै के, कदी उह डीजल दीआं कीमतां नूं लै के। ते उस किसान अंदोलन दे दौरान जिहड़ा संयुक्त समाज मोर्चा सी जां जिहड़ा किसानां दा संगठन सी उहदे नाल भी कई कुछ घटनावां होईआं ते हुण इह जिहड़ा मोर्चा आ उह कित्थे खड़ा आ ते उस समें दीआं जिहड़ीआं समस्यावां सी उह कित्थे खड़ीआं ने जी? देखो एक पंजाबी दी पुरानी कहावत सीगी कि हल छड के चरी नूं जावें जट्टा तेरी जून भरी, उह किसानां दे उत्ते ही आ जी, मतलब कि उहदीआं समस्यावां बहुत ने वड्डीआं ने जी। ईवन तुसीं देखो कि मंडियां दी गल है, कल नेरी आई उहदे नाल ही किन्नी वड्डी मुसीबत जिहड़ी उह खड़ी हो गई जी। 70 साल दा उपर दा समां हो गया आजादी नूं, बिल्कुल अजे तक जे प्राइवेट प्लेयर जिहड़े आ उह आ के 3-4 सालां दे विच एडे एडे वड्डे साइलो खड़े कर सकदे आ ते इह सरकारां क्यों ना बना सकीआं। मजे दी गल देखो जी, प्राइवेट प्लेयर्स ने बना के FCI नूं किराए ते दित्ते होए ने ते मोटा किराया वसूल रहे ने जी, उह गुस्ताखी माफ मैं तुहानूं डिस्टर्ब कीता। बिल्कुल तुहाडी गल ठीक आ। देखो किन्ना बारदाना तुहाडा बचना सी जी, किन्नियां हेरा फेरियां बचनियां सी, 32,000 करोड़ रुपये का अनाज घोटाला होया सी पंजाब दे विच अकाली भाजपा दे सरकार वेले जी, उहनूं घोटाला ही नहीं गिणिया गया जी, जाके उत्थे एडजस्ट कराते साडे करजे दे उत्ते जी वी पंजाब आपे करजा दे ही चलूगा, जिहड़े
ਇਹਨਾਂ ਦੇ ਜਵਾਈ ਸੀ ਉਹ ਉਦੋਂ ਖੇਤੀ ਮੰਤਰੀ ਸੀਗੇ ਜੀ। ਇੱਥੇ ਤੁਹਾਨੂੰ ਯਾਦ ਹੋਣਾ ਇੰਸਪੈਕਟਰ ਇੱਕ ਜੰਡਿਆਲਾ ਗੁਰੂ ਤੋਂ ਉਹ ਗੋਦਾਮ ਹੀ ਹੜੱਪ ਗਿਆ ਜੀ, ਤਿੰਨ ਦੇ ਕਰੀਬ ਜੀ। ਕੱਲਾ ਇੰਸਪੈਕਟਰ ਤਾਂ ਨੀ ਖਾ ਸਕਦਾ, ਉਹਦੇ ਪਿੱਛੇ ਉਹਦਾ ਮਾਮਾ ਸੀ, ਮਾਮੇ ਭਾਣਜੇ ਨੇ ਖਾਧੇ ਸੀ ਜੀ, ਮਾਮਾ ਕਿਉਂਕਿ MLA ਸੀਗਾ। ਇਸ ਕਰਕੇ ਕਿੰਨਾ ਨੁਕਸਾਨ ਹੁਣ ਤੱਕ ਫਸਲ ਦਾ ਅੰਨ ਦਾ ਹੋ ਚੁੱਕਾ ਹੋਇਆ, ਇਸ ਕਰਕੇ ਕਿ ਸਾਡੇ ਕੋਲ ਢਾਂਚਾ ਹੀ ਹੈ ਨਹੀਂ ਕੋਈ ਜੀ। ਜਿਹੜਾ 1100 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਲੈਣ ਦੇ ਵਾਸਤੇ ਆਰਡੀਨੈਂਸ ਕੀਤਾ ਨਾ, ਉਹ ਪੈਸਾ ਉਹ ਆ ਜਿਹੜਾ ਆੜਤੀਆਂ ਤੋਂ ਜਾਂਦਾ ਫਿਰ ਉਹ ਵਾਪਸ ਆਉਂਦਾ ਤੇ ਉਹ ਪੰਜਾਬ ਦੇ ਪਿੰਡਾਂ ਦੀ ਮੰਡੀਆਂ ਦੀ ਡਿਵੈਲਪਮੈਂਟ ਦੇ ਉੱਤੇ ਲੱਗਦਾ ਜੀ। ਜੇ ਪ੍ਰਾਈਵੇਟ ਪਲੇਅਰ ਆ ਜਾਂਦੇ ਆ ਹੌਲੀ ਹੌਲੀ ਤਾਂ ਉਹ ਪੈਸਾ ਨਹੀਂ ਆਉਣਾ ਆੜਤੀਆਂ ਤੋਂ ਜੀ, ਉਧਰੋਂ ਸ਼ਿਕੰਜਾ ਜਿਹੜਾ ਉਹ ਕਸ ਹੋ ਜਾਣਾ। ਇਸ ਕਰਕੇ ਉਹ 3 ਖੇਤੀ ਕਾਨੂੰਨ ਜਿਹੜੇ ਉਹ ਗਲਤ ਸੀਗੇ, ਬਹੁਤ ਸਾਰਾ ਕੁਝ ਉਹਦੇ 'ਚ ਗਲਤ ਸੀਗਾ। ਵਾਪਸ ਹੋ ਗਏ, ਸਭ ਕੁਝ ਹੋ ਗਿਆ। ਕਿਸਾਨਾਂ ਨੇ ਤੱਤ ਭੜੱਥੀ ਬੜੀ ਤੇਜ਼ੀ ਦੇ ਨਾਲ ਗਲਤ ਫੈਸਲਾ ਲਿਆ ਕਿ ਛੇਤੀ ਛੇਤੀ ਚੋਣਾਂ ਲੜੋ, ਮੁੱਖ ਮੰਤਰੀ ਬਣਨਾ। ਉਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਵੀ ਸ਼ਾਮਿਲ ਸੀ, ਉਹਦੇ 'ਚ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਿਲ, ਬੜੇ ਸਾਰੇ ਲੋਕਾਂ ਨੇ, ਸੁਹਿਰਦ ਲੋਕਾਂ ਨੇ ਉਦੋਂ ਇਹ ਗੱਲਾਂ ਆਖੀਆਂ ਕਿ ਜੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਜਾਣਾ ਹੀ ਆ ਤੁਸੀਂ ਤਿਆਰੀ ਦੇ ਨਾਲ ਜਾਣਾ, 24 ਦੇ ਵਿੱਚ ਜਾਣਾ। ਮੈਂ ਉਦੋਂ ਇੱਕ ਸੁਝਾਅ ਦਿੱਤਾ ਸੀ ਜੀ ਕਿ ਤੁਸੀਂ ਇਹ ਚੋਣਾਂ ਨਾ ਲੜੋ, ਤੁਸੀਂ 50 ਸੀਟਾਂ ਆਈਡੈਂਟੀਫਾਈ ਕਰ ਲਓ ਪੂਰੇ ਮੁਲਕ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚਾ ਜੀ 24 ਦੇ ਵਾਸਤੇ। 50 ਸੀਟਾਂ ਤਾਂ ਲੱਭ ਸਕਦੇ ਹੋ ਨਾ, ਬਿਲਕੁਲ। ਮੰਨ ਲਓ ਪੰਜਾਬ ਦੇ ਵਿੱਚ ਤੁਸੀਂ 3 ਜਾਂ 4 ਸੀਟਾਂ, 3 ਲੈ ਲਓ, ਇੱਕ ਮਾਝੇ 'ਚੋਂ, ਇੱਕ ਮਾਲਵੇ 'ਚੋਂ, ਇੱਕ ਦੁਆਬੇ 'ਚੋਂ ਜੀ। ਬਾਕੀ ਸਿਆਸੀ ਧਿਰਾਂ ਨੂੰ ਮਜਬੂਰ ਕਰੋ ਕਿ ਉੱਥੇ ਤੁਹਾਡੇ ਖਿਲਾਫ ਆਪਣਾ ਉਮੀਦਵਾਰ ਨਾ ਖੜਾ ਕਰਨ ਜੀ। ਇਸੇ ਤਰੀਕੇ ਨਾਲ ਹਰਿਆਣੇ 'ਚੋਂ 2 ਲੈ ਲਓ, 2 ਹਿਮਾਚਲ 'ਚੋਂ ਲੈ ਲਓ, ਬਾਕੀ ਥਾਂ ਉੱਤਰ ਪ੍ਰਦੇਸ਼ ਵੱਡਾ, ਉੱਥੋਂ 8-10 ਸੀਟਾਂ ਆਈਡੈਂਟੀਫਾਈ ਕਰ ਲਓ, 3-4 ਸੀਟਾਂ ਪੱਛਮੀ ਬੰਗਾਲ 'ਚੋਂ ਲੈ ਲਓ, ਜਿੱਥੇ ਜਿੱਥੇ ਕਿਸਾਨਾਂ ਦਾ ਜਿਹੜਾ ਉਹ ਗੜ ਹੈਗੇ ਜੀ। 50 ਸੀਟਾਂ ਤੋਂ ਖੜੇ ਕਰਕੇ ਜੇ 30 ਤੋਂ 32 ਬੰਦੇ ਵੀ ਤੁਸੀਂ ਲੋਕ ਸਭਾ ਦੇ ਵਾਸਤੇ ਲੈ ਜਾਂਦੇ ਹੋ ਤਾਂ ਇੱਕ ਐਸਾ ਪ੍ਰੈਸ਼ਰ ਗਰੁੱਪ ਖੜਾ ਕਰ ਲਓਗੇ, ਤੁਹਾਡੇ ਅਗੇਂਸਟ ਕੋਈ ਫੈਸਲਾ ਨਹੀਂ ਹੋਊਗਾ ਜੀ। ਨਹੀਂ ਮੰਨੀ ਗਈ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਉਦੋਂ ਦੀਂਦੀ ਸੀਗੀ ਪਤਾ ਨਹੀਂ ਮੁੱਖ ਮੰਤਰੀ ਦੀ ਕੁਰਸੀ, ਕਿਹਨੇ ਵਿਖਾਤੀ? ਸ਼ਾਇਦ ਉਹਨਾਂ ਦੇ ਆਲੇ ਦੁਆਲੇ ਵਾਲੇ ਰਿਸ਼ਤੇਦਾਰਾਂ ਨੇ, ਖਾਸ ਜਿਹੜੇ ਸੀ ਉਹਨਾਂ ਨੇ। ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਵੀ ਇਹ ਕੁਰਸੀ ਜਿਹੜੀ ਉਹ ਦਿਖਾ ਦਿੱਤੀ ਗਈ। ਕਿਤੇ ਨਾ ਕਿਤੇ ਇਹਦੇ ਪਿੱਛੇ ਕੁਛ ਗੰਭੀਰ ਸਾਜ਼ਿਸ਼ਾਂ ਵੀ ਸੀ ਜੀ। ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਰਿਹਾ ਇਸ ਵੇਲੇ, ਨਾ ਤਾਂ ਜਿਹੜੇ ਕੇਸ ਨੇ ਉਹ ਮੁਕੰਮਲ ਰੂਪ ਦੇ ਵਿੱਚ ਖਤਮ ਹੋ ਰਹੇ ਆ ਕਿਸਾਨਾਂ ਤੋਂ। ਸਭ ਤੋਂ ਵੱਧ ਕੇਸ ਹਰਿਆਣੇ ਦੇ ਵਿੱਚ ਹੋਏ ਸੀਗੇ ਜੀ। ਕਿਸਾਨ ਅੰਦੋਲਨ ਦੇ ਦੌਰਾਨ 276 ਕੇਸ ਦਰਜ ਕੀਤੇ ਗਏ ਸੀ, 4 ਕੇਸ ਮਰਡਰ ਦੇ, 4 ਜਿਹੜੇ ਉਹ ਰੇਪ ਦੀ ਸ਼੍ਰੇਣੀ ਦੇ ਸੀਗੇ। 272 ਕੇਸਾਂ ਦੇ ਵਿੱਚੋਂ 178 ਦੀ ਚਾਰਜਸ਼ੀਟ ਅਦਾਲਤ ਦੇ ਵਿੱਚ ਦਾਇਰ ਕੀਤੀ ਜਾ ਚੁੱਕੀ ਸੀ, ਚਲਾਨ ਪੇਸ਼ ਹੋ ਚੁੱਕਿਆ ਸੀ। 158 ਕੇਸ ਅਨਟ੍ਰੇਸ ਸੀ। ਸਰਕਾਰ ਨੇ ਕਰੀਬ 82 ਮੁਕੱਦਮੇ ਵਾਪਸ ਲਏ, 82 ਮਾਮਲੇ ਰੇਲਵੇ ਤੇ GT ਰੋਡ ਦੇ ਆ। ਇਹਦੇ ਹਿਸਾਬ ਦੇ ਨਾਲ ਜਿਹੜੀ ਰਾਜ ਸਰਕਾਰਾਂ ਨੂੰ ਕੇਂਦਰ ਨੇ ਚਿੱਠੀ ਲਿਖੀ ਹੋਈ ਹੈ ਕਿ ਇਹ ਕੇਸ ਤੁਸੀਂ ਵਾਪਸ ਲਓ। ਅਜੇ ਤੱਕ ਰਾਜ ਸਰਕਾਰਾਂ ਇਹ 'ਤੇ ਆਨਾਕਾਨੀ ਕਿਉਂ ਕਰ ਰਹੀਆਂ ਨੇ? ਕਿਉਂਕਿ ਉੱਤੋਂ ਡੰਡਾ ਨਹੀਂ ਹੈਗਾ, ਉਹਨਾਂ ਨੇ ਚਿੱਠੀ ਲਿਖ ਕੇ ਸਾਰ ਦਿੱਤਾ ਕਿ ਕੇਸ ਵਾਪਸ ਲੈ ਲਓ। ਕਹਾਣੀ ਉੱਥੇ ਇੱਕ ਖੜੀ ਹੈ। ਅੱਜ ਹੁਣ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇੱਕ ਚਿੱਠੀ ਜਿਹੜੀ ਹੈ ਉਹ ਕੇਂਦਰ ਦੀ ਸਰਕਾਰ ਨੂੰ ਲਿਖੀ ਹੈ ਔਰ ਵਾਅਦਾ ਖਿਲਾਫੀ ਦੇ ਦੋਸ਼ ਲਾਏ ਆ। ਇਹ ਗੱਲ ਉਹਨਾਂ ਨੇ ਅਮਿਤ ਸ਼ਾਹ ਹੋਰਾਂ ਨੂੰ ਚਿੱਠੀ ਲਿਖ ਕੇ ਆਖੀ ਆ ਕਿ ਸਮਝੌਤੇ ਦੇ ਤਹਿਤ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਕਰੋ ਜੀ। ਸਮਝੌਤਾ ਤਾਂ ਹੋਇਆ ਹੀ ਨਹੀਂ, ਸਮਝੌਤਾ ਕਿੱਥੇ ਹੋਇਆ ਜੀ? ਕੁਝ ਧਿਰਾਂ ਬੈਠੀਆਂ ਨੇ, ਬਿਲਕੁਲ ਆਹਮੋ ਸਾਹਮਣੇ ਵੀ ਆਹ ਚਲੋ ਆਪ ਇੱਦਾਂ ਕਰੋ, ਆਹ ਲੈ ਲਓ, ਆਹ ਲੈ ਲਓ। ਉਹ ਕਹਿੰਦੇ ਨਹੀਂ ਆਹ ਨਹੀਂ, ਆਹ ਦੇ ਦਿਓ। ਕੋਈ ਲਿਖਿਤ ਸਮਝੌਤਾ ਹੁੰਦਾ? ਕੁਛ ਨਹੀਂ ਹੋਇਆ ਤਾਂ ਜੀ। ਇਹ ਤਾਂ ਪ੍ਰਧਾਨ ਮੰਤਰੀ ਹੋਰਾਂ ਨੇ ਖੇਤੀ ਕਾਨੂੰਨ ਆਪਣੇ ਤਰੀਕੇ ਨਾਲ ਲਿਆਂਦੇ, ਆਪਣੇ ਤਰੀਕੇ ਨਾਲ ਉਹਨਾਂ ਨੇ TV ਦੇ ਉੱਤੇ ਆ ਕੇ ਵਾਪਸ ਲੈ ਲਏ, ਸਮਝੌਤਾ ਤਾਂ ਹੋਇਆ ਹੀ ਨਹੀਂ। ਜਿਹੜੀ ਗੱਲ ਉਦੋਂ ਲੱਗਦੀ ਸੀ ਵੀ ਜੇ ਇਹ ਲਿਖਤੀ ਸਮਝੌਤਾ ਹੋਵੇ ਦੋ ਧਿਰਾਂ ਦੇ ਵਿਚਾਲੇ ਤਾਂ ਇਹ ਗੱਲ ਬਣਨੀ ਹੈ, ਇੱਦਾਂ ਕੁਛ ਵੀ ਨਹੀਂ ਹੋਇਆ। ਸੱਦਿਆ ਹੀ ਨਹੀਂ, ਗੱਲਬਾਤ ਦੇ ਵਾਸਤੇ ਹੀ ਨਹੀਂ ਸੱਦਿਆ ਗਿਆ ਜਦੋਂ ਖੇਤੀ ਕਾਨੂੰਨ ਵਾਪਸ ਲੈ ਲਏ। ਹੁਣ ਗੁਰਨਾਮ ਸਿੰਘ ਚੜੂਨੀ ਕਹਿੰਦੇ ਸਮਝੌਤੇ ਦੇ ਤਹਿਤ ਸਮਝੌਤਾ ਲਾਗੂ ਕਰੋ, ਸਮਝੌਤਾ ਨਹੀਂ ਹੋਇਆ। ਚੜੂਨੀ ਸਾਹਿਬ ਇਸ ਮਾਮਲੇ ਦੇ ਉੱਤੇ ਗਲਤ ਨੇ ਜੀ। ਇਹੀ ਸੀਗਾ ਕਿ ਦਬਾਓ ਤੁਸੀਂ ਜਿਹੜਾ ਉਹ ਖਤਮ ਕਰ ਲਓਗੇ, ਨਾ ਤਾਂ ਇਹ ਕੇਸ ਵਾਪਸ ਲਏ ਗਏ, ਨਾ ਜਿਹੜੇ MSP ਦੇ ਬਾਰੇ ਦੇ ਵਿੱਚ ਅਜੇ ਤੱਕ ਕੋਈ ਕਮੇਟੀ ਬਣੀ ਜੀ। MSP ਦੇ ਬਾਰੇ ਦੇ ਵਿੱਚ ਜਿਹੜੀ ਕਮੇਟੀ ਆ ਉਹ ਕੇਂਦਰ ਦੀ ਸਰਕਾਰ ਕਹਿੰਦੀ ਕਿ ਕਿਸਾਨ ਆਪਣੇ ਮੈਂਬਰ ਦਿਓ, ਅਸੀਂ ਫਿਰ ਉਹ ਕਮੇਟੀ ਬਣਾਵਾਂਗੇ ਜੀ। ਕਿਸਾਨ ਕਹਿੰਦੇ ਕਿ ਕੇਂਦਰ ਦੀ ਸਰਕਾਰ ਪਹਿਲਾਂ ਇਹ ਦੱਸੇ ਕਿ ਕਿਹੜੇ ਕਿਹੜੇ ਮੈਂਬਰ ਹੋਣਗੇ, ਫਿਰ ਅਸੀਂ ਆਪਣੇ ਮੈਂਬਰ ਉਹਦੇ ਵਿੱਚ ਦੇਵਾਂਗੇ ਜੀ। ਕਿਉਂਕਿ ਕਿਸਾਨਾਂ ਨੂੰ ਇਹ ਆ
कि जे किसानां ने पहला अपने मैंबर दे दिते ये की पता कि केंद्र की सरकार ने इस कमेटी दे विच किहड़े लोग बिठा देने आ ऐदां दे लोग भी बिठा सकते जिहड़े मीटिंग ही ना करन जी सत्तकवंजा किसानां दे नाल होवे भाव कि वह बैठण नूं भी तैयार ना होण तुहानूं सुप्रीम कोर्ट दे वास्ते बनाई गई कमेटी का तजर्बा सब नूं है बिल्कुल जिहड़े लोग आर्टिकल लिखते सीगे किसानां दे विरोध दे विच खेती कानूनां दे हक दे विच आर्टिकल लिखते सी ओह चुक के बना के कमेटी सुप्रीम कोर्ट दे विच जिहड़ी ओह रख दित्ती गई सी जे उदां दी इह कमेटी बननी है ते इहदे विचों बहुता कुछ निकलना नहीं बलबीर सिंह राजेवाल तां मुड़ के लभे नहीं जी चोणां तों बाद ਉਹ ਕਿਤੇ ਨਹੀਂ ਬੋਲੇ ਜ਼ਮਾਨਤਾਂ ਜ਼ਬਤ ਹੋ ਗਈਆਂ ਕੋਈ ਗੱਲ ਨਹੀਂ ਸਾਹਮਣੇ ਆ ਜਾਓ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਸੀ ਜੀ ਉਹਨਾਂ ਨੇ ਨਾਤਾ ਤੋੜ ਲਿਆ ਇਹਨਾਂ ਦੇ ਨਾਲੋਂ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਕਿਸੇ ਟਾਈਮ ਤੂਤੀ ਬੋਲਦੀ ਸੀ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਜੀ ਤੂਤੀ ਬੋਲਦੀ ਸੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਤੂਤੀ ਬੋਲਦੀ ਸੀ ਰੁਲਦਾ ਸਿੰਘ ਹੋਰਾਂ ਦੀ ਅੱਜ ਕੋਈ ਪੁੱਛਦਾ ਜੀ ਜੀ ਨਹੀਂ ਪੁੱਛ ਰਿਹਾ ਜਿਹੜੀਆਂ ਗਲਤੀਆਂ ਨੇ ਨਾ ਉਹ ਇਹਨਾਂ ਨੇ ਕੀਤੀਆਂ ਨੇ ਜਿਹੜੇ ਉਹ ਸੰਘਰਸ਼ ਸੀਗਾ ਜਿਹੜਾ ਕਿਸਾਨ ਸੰਘਰਸ਼ ਸੀਗਾ ਐਕਚੁਅਲੀ ਇਹ ਸਮਝ ਬੈਠੇ ਵੀ ਸਾਡੇ ਸਿਰ ਦੇ ਉੱਤੇ ਲੜਿਆ ਜਾ ਰਿਹਾ ਨਹੀਂ ਉਹ ਤਾਂ ਆਪਣੇ ਚੁੱਲ੍ਹੇ ਬਚਾਉਣ ਦੇ ਵਾਸਤੇ ਆਪਣਾ ਭਵਿੱਖ ਬਚਾਉਣ ਦੇ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਬਚਾਉਣ ਦੇ ਵਾਸਤੇ ਪਰਿਵਾਰ ਬੈਠੇ ਸੀ ਉਹ ਸਿਰੜੀ ਪਰਿਵਾਰ ਸੀਗੇ ਜਿਹੜੇ ਇੱਕ ਸਾਲ ਉੱਥੇ ਬੈਠੇ ਰਹੇ ਜੇ ਆਗੂਆਂ ਦੇ ਸਿਰ ਦੇ ਉੱਤੇ ਹੁੰਦਾ ਤਾਂ ਸ਼ਾਇਦ ਇੱਥੋਂ ਤੱਕ ਜਾ ਹੀ ਨਾ ਸਕਦਾ ਜੀ ਉਹ ਤਾਂ ਇਹ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਉੱਠਣੇ ਨੀਗੇ ਇਹ ਬਹੁਤ ਸਿਰੜ ਵਾਲੇ ਲੋਕ ਨੇ ਨਹੀਂ ਆਏ ਕਹਿ ਕੇ ਚਲੇ ਗਏ ਵੀ ਜਾਂ ਤਾਂ ਲਾਸ਼ ਆਊਗੀ ਜਾਂ ਜਿੱਤ ਕੇ ਆਵਾਂਗੇ ਲਫ਼ਜ਼ ਸੀ ਉਹ ਕੱਢ ਦਿੱਤਾ ਮੂੰਹੋਂ ਇਹ ਜਿਹੜੇ ਰੌਲਾ ਪਾਈ ਜਾਂਦੇ ਸੀਗੇ ਗਦਾਰੀ ਦਾ ਪਿਛਲੇ ਦਿਨੀ ਇਹ ਸਾਈਲੋ ਦੇ ਚਲੇ ਗਏ ਗਦਾਰ ਨੇ ਉਹ ਨੇਹਾ ਨੇ ਜਿਹੜਾ ਫੇਸਬੁੱਕ ਦੇ ਉੱਤੇ ਬੈਠੇ ਬੁੱਧੂ ਜੀ ਵੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਕਿ ਜਿਹੜਾ ਆਮ ਕਿਸਾਨ ਹੈ ਉਹ ਕਿੱਥੋਂ ਤੱਕ ਜਿਹੜਾ ਉਹ ਪੀੜਿਤ ਹੋ ਚੁੱਕਿਆ ਹੋਇਆ ਉਹਨੂੰ ਕਿਸ ਤਰੀਕੇ ਦੇ ਨਾਲ ਨਿਚੋੜਿਆ ਜਿਹੜਾ ਉਹ ਜਾ ਰਿਹਾ ਪਰ ਇੱਥੇ ਬਦਕਿਸਮਤੀ ਜਿਹੜੀ ਆ ਨਾ ਜੀ ਉਹ ਆ ਕੇ ਇਸ ਪੱਖੋਂ ਜੁੜ ਜਾਂਦੀ ਆ ਕਿ ਜਿਹੜੇ ਆਗੂ ਨੇ ਉਹਨਾਂ ਨੇ ਪਤਾ ਨਹੀਂ ਇਹ ਕੀ ਸੋਚਿਆ ਚੋਣਾਂ ਲੜਨ ਦਾ ਜਿਹਦੇ ਕਰਕੇ ਅੱਜ ਉਹ ਨੁਕਸਾਨ ਝੱਲਣਾ ਪੈ ਰਿਹਾ ਉਹ ਨੁਕਸਾਨ ਭੁਗਤਣਾ ਪੈ ਰਿਹਾ ਗੱਲ ਕਿਸੇ ਤਣ ਪੱਤਣ ਜਿਹੜੀ ਉਹ ਲੱਗੀ ਨਹੀਂ ਤੇ ਲੱਗਣ ਦੇ ਚਾਂਸਸ ਵੀ ਹਾਲ ਦੀ ਘੜੀ ਘੱਟ ਨਹੀਂ ਦੇ ਜੀ ਪੰਨੂ ਸਾਹਿਬ ਤੁਸੀਂ ਬਾਖੂਬੀ ਦੱਸਿਆ ਕਿ ਜਿਹੜਾ ਪ੍ਰੈਸ਼ਰ ਗਰੁੱਪ ਦੀ ਰਾਜਨੀਤੀ ਸੀ ਉਹਦੇ ਵਿੱਚੋਂ ਇਹਨਾਂ ਲੀਡਰਾਂ ਨੇ ਆਪਣੀਆਂ ਕੁਝ ਮਹੱਤਵਕਾਂਕਸ਼ਾਵਾਂ ਪਾਲ ਲਈਆਂ ਉਹ ਪੂਰੀਆਂ ਨਹੀਂ ਹੋਈਆਂ ਅਤੇ ਹੁਣ ਇਹ ਪ੍ਰੈਸ਼ਰ ਗਰੁੱਪ ਜੋਗੇ ਵੀ ਨਹੀਂ ਰਹੀ ਅਤੇ ਸਰਕਾਰ ਉਹ ਜਿਹੜੀ ਆਪਣੀਆਂ ਵਾਅਦੇ ਆ ਉਹਨਾਂ ਤੋਂ ਟਾਲ ਮਟੋਲ ਕਰਦੀ ਆ ਕਿਉਂਕਿ ਉਹ ਲਿਖਤੀ ਜਾਂ ਆਪਸ ਦੇ ਵਿੱਚ ਗੱਲਬਾਤ ਨਾਲ ਤਾਂ ਹੋਏ ਨਹੀਂ ਸੀ ਜਿੱਦਾਂ ਦਿਲ ਕੀਤਾ ਸੀ ਕਾਨੂੰਨ ਲੈ ਆਉਂਦੇ ਜਿਵੇਂ ਦਿਲ ਕੀਤਾ ਉਹ ਵਾਪਸ ਲੈ ਗਏ ਪਰ ਆਸ ਕਰਦੇ ਹਾਂ ਕਿ ਉਹ ਜਿਹੜੇ ਕੇਸ ਨੇ ਘੱਟੋ ਘੱਟ ਵਾਪਸ ਹੋ ਜਾਣ ਅਤੇ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਨੂੰ ਭਾਰਤ ਦੇ ਹੀ ਬਸ਼ਿੰਦੇ ਸਮਝਦੇ ਹੋਏ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਦੇ ਹੋਏ ਸਰਕਾਰ ਉਹਦੇ 'ਤੇ ਢੁੱਕਵੀਂ ਕਾਰਵਾਈ ਜ਼ਰੂਰ ਕਰੇ ਅਤੇ ਪੰਨੂ ਸਾਹਿਬ ਫਿਰ ਹੁਣ ਸਮਾਂ ਕਾਫੀ ਹੋ ਗਿਆ ਅਤੇ ਗੱਲਾਂ ਵੀ ਕਾਫੀ ਕਰ ਲਈਆਂ ਹੁਣ ਲਈਨੇ ਇਸ ਪ੍ਰੋਗਰਾਮ ਤੋਂ ਬ੍ਰੇਕ ਅਤੇ ਅਗਲੀ ਵਾਰ ਫਿਰ ਕਰਾਂਗੇ ਕੁਝ ਨਵੇਂ ਮੁੱਦਿਆਂ 'ਤੇ ਗੱਲਬਾਤ ਤੁਹਾਡੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਪ੍ਰੋਗਰਾਮ ਸਾਡਾ ਸਾਥ ਦੇਣ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ